سيكون رجل كيتا أكبر ساعات رحت بهي سب بحيات سميتا ਆਟਾ ਵੀ ਇੱਕ ਟਾਈਮ ਰੋਟੀ ਪੱਕਦੀ ਇੱਕ ਟਾਈਮ ਨਹੀਂ
ਕਿਤੇ ਬਹੁਤ ਵੱਡਾ ਸੇਠ ਸੀਗਾ, ਪਰ ਕਿਹੜੇ ਜਿਹੜੇ ਕੰਮ ਨੂੰ ਹੱਥ ਪਾਉਂਦਾ ਜਾਂ ਫੇਲ ਹੁੰਦਾ। ਲੋਕਾਂ ਨੇ ਬੜੀਆਂ ਗੱਲਾਂ ਕਹੀਆਂ, ਮੇਰੇ ਸਿਰਾ ਤੂੰ ਗੁਰੂ ਦਾ ਸਿੱਖ ਬਣ ਕੇ ਕੀ ਲਿਆ, ਛੱਡਦਾ ਸਿੱਖੀ? ਉਹ ਕਹਿੰਦਾ ਵੀ ਸਿੱਖੀ ਨੀ ਛੱਡਦਾ, ਭਾਵੇਂ ਮੇਰਾ ਸਭ ਕੁਛ ਬਰਬਾਦ ਹੋ, ਭਾਵੇਂ ਮੇਰਾ ਸਰੀਰ ਵੀ ਚਲਾ ਜਾਏ। ਕਈ ਸਾਲ ਏਦਾਂ ਕਸ਼ਟ ਸਿਆ। ਗੁਰੂ ਅਮਰਦਾਸ ਸਾਹਿਬ ਕੋਲ ਇੱਕ ਦਿਨ ਆਇਆ, ਮੱਥਾ ਟੇਕਿਆ, ਮਹਾਰਾਜ ਕਹਿੰਦੇ ਭਾਈ ਬੜਾ ਕਮਜ਼ੋਰ ਹੋ ਗਿਆ, ਬਹੁਤ ਦੁਖੀ ਲੱਗਦਾ। ਕਹਿੰਦਾ ਮਹਾਰਾਜ ਤੁਹਾਡੀ ਕਿਰਪਾ ਅਨੰਦ ਹੀ ਆਨੰਦ ਹੈ, ਕੋਈ ਦੁੱਖ ਨਹੀਂ। ਕਹਿੰਦੇ ਸੱਚੇ ਪਾਤਸ਼ਾਹ ਸਿਰ ਦੇ ਹੱਥ ਵਿੱਚ, ਕਹਿੰਦੇ ਜਾ ਅੱਗੇ ਨਾਲੋਂ ਦਸ ਗੁਣਾ ਮਹਾਨ ਮੱਥਾ ਹੋਵੇਗਾ। ਮੈਨੂੰ ਗੁਰੂ ਥੋੜੇ ਦਿਨਾਂ ਵਿੱਚ ਹੀ ਦੱਸ, ਜਿੱਧਰ ਮਿੱਟੀ ਨੂੰ ਹੱਥ ਲਾਵੇ ਸੌਨਾ ਬਣ ਜਾਏ, ਕਾਰੋਬਾਰ ਚ ਵੀ ਕੋਈ ਕਮੀ ਨਾ ਰਹੀ ਤੇ ਅੰਦਰ ਦੀ ਅਵਸਥਾ ਵੀ ਬ੍ਰਹਮ ਗਿਆਨ ਦੀ ਹੋਵੇ। ਗੁਰੂ ਸਭ ਕੁਛ ਦੇਣ ਵਾਲਾ, ਕਸਵੱਟੀ ਜਿਹਨੂੰ ਬੁਲਾਉਂਦਾ ਹੈ, ਜਿਵੇਂ ਸੋਨੇ ਨੂੰ ਕਸਵੱਟੀ ਲਾ ਲਾ ਕੇ ਸੁਨਿਆਰਾ, ਉਹਦੀ ਖੋਟ ਕੱਢਦਾ ਹੈ। ਗੁਰੂ ਆਪਣੇ ਸਿੱਖ ਚੋਂ ਦੁੱਖ ਦੇ ਕੇ ਖੋਟਾਂ ਕੱਢ ਦਿੰਦਾ। ਦੁੱਖ ਦਾਰੂ ਸੁੱਖ ਰੋਗ ਪਿਆ, ਦੁੱਖ ਜਿਹੜਾ ਹੈ ਉਹ ਗੁਰੂ ਦੇ ਸਿੱਖ ਲਈ ਦਵਾਈ ਬਣ ਜਾਂਦਾ। ਤਾਂ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਸੰਗ ਚੱਲ ਰਹੇ ਨੇ। ਆਪਣੀਆਂ ਬੇਨਤੀਆਂ ਨੂੰ ਸ੍ਰੀ ਗੋਇੰਦਵਾਲ ਸਾਹਿਬ ਲੈ ਚੱਲੀਏ, ਕਿਉਂਕਿ ਗੋਇੰਦਵਾਲ ਸਿੱਖੀ ਦਾ ਤੁਲਾ ਹੈ। ਉਹ 22 ਸਾਲ ਦਾ ਟਾਈਮ ਜਿਹੜਾ ਉੱਥੇ ਮਹਾਰਾਜ ਨੇ ਗੁਜ਼ਾਰਿਆ ਸੀ, ਸਾਧ ਸੰਗਤ ਜੀ ਕਈ ਵਾਰੀ ਜੀ ਕਰਦਾ ਵੀ ਅਸੀਂ ਉਸੇ ਸਮੇਂ ਵਿੱਚ ਚਲੇ ਜਾਈਏ, ਉਸੇ ਗੋਇੰਦਵਾਲ ਦੀਆਂ ਗਲੀਆਂ ਵਿੱਚ ਜਿੱਥੇ ਗੁਰੂ ਕੇ ਸਿੱਖ ਬ੍ਰਹਮ ਗਿਆਨੀ ਭਾਈ ਪਾਰੋ ਜੀ ਵਰਗੇ, ਗੁਰੂ ਰਾਮਦਾਸ ਜੀ ਵਰਗੇ ਸੇਵਾ ਕਰਿਆ ਕਰਦੇ ਸਨ, ਜਿੱਥੇ ਬਾਬਾ ਬੁੱਢਾ ਜੀ ਵਰਗੇ ਮਹਾਂਪੁਰਸ਼ ਨਾਮ ਜਪਿਆ ਸੇਵਾ ਕਰਿਆ ਕਰਦੇ ਸਨ, ਉਹ ਕਿੰਨਾ ਕੁ ਆਨੰਦਮਈ ਸਥਾਨ ਹੋਵੇਗਾ, ਕਿੰਨਾ ਕੁ ਮਾਹੌਲ ਹੋਵੇਗਾ। ਕੋਈ ਬੌਲੀ ਸਾਹਿਬ ਦੀ ਸੇਵਾ ਕਰ ਰਿਹਾ, ਕੋਈ ਨੰਗਲਾ ਦੀ ਸੇਵਾ ਕਰ ਰਿਹਾ, ਕੋਈ ਨਾਮ ਜਪ ਰਿਹਾ, ਕੋਈ ਕੀਰਤਨ ਕਰ ਰਿਹਾ। ਤੇ ਗੋਇੰਦਵਾਲ ਗੋਬਿੰਦ ਗੋਰੀ ਸਾਹਿਬ ਜਿਹਨਾਂ ਨੇ ਤੀਰ ਵਿਪਾਸ ਬਣਾਇਆ, ਪਰਮੇਸ਼ਰ ਦੀ ਪੁਰੀ, ਅਕਾਲ ਪੁਰਖ ਦੀ ਪੁਰੀ ਜਿਹੜੀ ਹੈ, ਸੱਚਖੰਡ ਹੈ, ਉਹਦਾ ਪ੍ਰਤੱਖ ਜਿਹੜਾ ਨਜ਼ਾਰਾ ਧਰਤੀ ਉੱਤੇ ਗੋਇੰਦਵਾਲ ਸਾਹਿਬ ਹੈ। ਧੰਨ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਸਤੁਤੀ ਜੋੜੋ, ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੋਇੰਦਵਾਲ ਸੋਭਾ ਨਿਰਖ, ਸ੍ਰੀ ਗੋਇੰਦਵਾਲ ਸਾਹਿਬ ਦੀ ਬੜੀ ਸੋਭਾ ਹੋ ਜੀ। ਜਿੱਧਰ ਜਿੱਧਰ ਵੀ ਗੁਰੂ ਦੇ ਸਿੱਖ ਸੁਣਦੇ ਤੇ ਆ ਕੇ ਵਸਦੇ, ਬੜਾ ਵੱਡਾ ਭੁੱਖ ਨਗਰ ਵਸ ਗਏ, ਬਹੁਤ ਸੁੰਦਰੀ ਵਸੋਂ ਹੋ ਗਈ। ਇਸ ਨਗਰ ਦੀ ਸੋਭਾ, ਇਸ ਨਗਰ ਦੀ ਮਹਾਨਤਾ ਸੀ ਵੀ ਜਿਹੜਾ ਵਪਾਰ ਦੇ ਪੱਖ ਤੋਂ ਵੀ ਇਹ ਬੜਾ ਵਧੀਆ ਸੀ, ਕਿਉਂਕਿ ਲਾਹੌਰ ਤੋਂ ਦਿੱਲੀ ਜਾਣ ਵਾਲਾ ਜਿਹੜਾ ਪੁਰਾਣਾ ਰੋਡ ਹੈ ਨਾ, ਉਹ ਇੱਥੋਂ ਲੰਘਿਆ ਕਰਦਾ ਸੀ। ਪਹਿਲਾਂ ਜਲੰਧਰ ਤੋਂ ਕਪੂਰਥਲੇ ਨੂੰ, ਉਥੋਂ ਗੋਇੰਦਵਾਲ ਸਾਹਿਬ ਨੂੰ, ਅੱਗੇ ਤਰਨ ਤਾਰਨ ਸਾਹਿਬ ਨੂੰ, ਚਬਾਰ ਨੂੰ, ਉਹਦਾ ਰੋਡ ਅਜੇ ਵੀ ਉਹ ਪੁਰਾਣੇ, ਤੁਸੀਂ ਜੀਟੀ ਰੋਡ ਦੀ ਨਿਸ਼ਾਨੀ ਆਉਂਦੀ ਹੈ, ਸ਼ੇਰ ਸਾਹਿਬ ਸੂਰੀ ਮਾਰਗ ਦੀ, ਉਹਦੇ ਲਾਗੇ ਨਾ ਲੰਮੇ ਜਿਹੇ ਗੁੰਬਦ ਦੇ ਬਣੇ ਹੁੰਦੇ ਛੋਟੇ ਹੇਠਾਂ, ਉਹ ਪੁਰਾਣੇ ਜ਼ਮਾਨੇ ਦਾ ਟੈਲੀਫੋਨ ਦੱਸਦੇ ਹੈ। ਕਹਿੰਦੇ ਉੱਥੇ ਪਹਿਲਾਂ ਘੋੜ ਸਵਾਰ ਖੜੇ ਹੁੰਦੇ ਸੀ, ਨਗਾਰਾ ਰੱਖਿਆ ਹੁੰਦਾ ਸੀ, ਦਿੱਲੀ ਨਗਾਰਾ ਖੜਕਦਾ ਸੀ, ਉਹ ਇੱਕ ਤੋਂ ਦੂਜੇ ਤੀਜੇ ਦੇ ਬਾਅਦ ਲਾਹੌਰ ਪਹੁੰਚ ਜਾਂਦੇ, ਉਹਦਾ ਇਸ਼ਾਰਾ ਹੁੰਦਾ ਸੀ, ਉਹ ਨਗਾਰੇ ਦੀਆਂ ਚੋਭਾਂ ਦੱਸ ਦਿੰਦੇ ਸੀ। ਫਿਰ ਉੱਥੇ ਘੋੜ ਸਵਾਰ ਖੜੇ ਹੁੰਦੇ, ਕੋਈ ਚਿੱਠੀ ਚੜਦੇ ਸੀ ਨਾ, ਉਹ 20 ਮੀਲ ਤੇ ਅੱਗੇ ਦੂਜਾ ਹੁੰਦਾ ਸੀ, ਘੋੜਾ ਦੌੜਦਾ ਦੌੜਦਾ ਉੱਥੇ ਪਹੁੰਚਦਾ, ਉੱਥੋਂ ਅਗਲਾ ਘੋੜ ਸਵਾਰ ਤਿਆਰ ਹੋ ਕੇ ਫਟਾਫਟ ਚਿੱਠੀ ਲੈ ਕੇ ਅਗਲੇ ਤਿਆਰ ਹੁੰਦਾ ਸੀ। ਜੀਟੀ ਰੋਡ ਦੇ ਉੱਤੇ ਨਿਸ਼ਾਨੀਆਂ ਨੇ, ਪੁਰਾਣਾ ਜੀਟੀ ਰੋਡ ਗੋਇੰਦਵਾਲ ਸਾਹਿਬ ਨੂੰ ਲੰਘਦਾ, ਇੱਥੇ ਬੇੜੀਆਂ ਦਾ ਪੁਲ ਪੈਂਦਾ ਸੀ ਦਰਿਆ ਪਾਰ ਕਰਨ ਲਈ, ਗੋਇੰਦਵਾਲ ਦਾ ਫਤਨ। ਇਸ ਨਗਰ ਦੀ ਮਹਾਨ ਸੋਭਾ ਵੇਖ ਕੇ ਸਿੱਖ ਨਿਰਚੇਤ, ਮੁਸਲਮਾਨ ਸਿੱਖਾਂ ਨੇ ਵੀ ਇੱਥੇ ਸ਼ਾਸਤਰ ਮਿਲ ਜੀ ਆਪਣੇ ਘਰ ਬਣੇ। ਮੁਸਲਮਾਨਾਂ ਚ ਬੜੀਆਂ ਜਾਤਾਂ ਨੇ, ਮੁਗਲ, ਪਠਾਨ, ਪਰ ਦੋ ਜਾਤੀਆਂ ਜਿਹੜੀਆਂ ਨੇ ਉਹ ਬਹੁਤ ਸਤਿਕਾਰਯੋਗ ਮੰਨੀ ਜਾਂਦੀਆਂ, ਸੇਖ ਤੇ ਸ਼ਹੀਦ। ਇਹ ਕਹਿੰਦੇ ਵੀ ਮੁਹੰਮਦ ਸਾਹਿਬ ਦੇ ਪਰਿਵਾਰ ਨਾਲ ਰਿਲੇਟਿਵ ਹਨ, ਉਹਨਾਂ ਦੇ ਰਿਸ਼ਤੇਦਾਰਾਂ ਚ, ਉਹਨਾਂ ਦੇ ਖਲੀਫਿਆਂ ਦਾ ਪਰਿਵਾਰ। ਸੇਖ ਤੇ ਸ਼ਹੀਦ, ਸਿੱਖਾਂ ਦੇ ਮੁਸਲਮਾਨ ਸੇਖ ਜਿਹੜੇ ਹੁੰਦੇ ਨੇ, ਉਹਨਾਂ ਨੇ ਕੁਝ ਘਰ ਇੱਥੇ ਗੋਇੰਦਵਾਲ ਸਾਹਿਬ ਬਣਾ ਲਏ। ਅਕਬਰ ਸਾਥ ਰਹਿਤ ਕਹੀ, ਇਹ ਅਕਬਰ ਬਾਦਸ਼ਾਹ ਦੇ ਬੜੇ ਨੇੜੇ ਸਨ, ਤੇ ਇਹਨਾਂ ਨੂੰ ਏਦਾਂ ਲੱਗਾ ਵੀ ਅਸੀਂ ਗੋਇੰਦਵਾਲ ਵਿੱਚ ਆਪਣਾ ਘਰ ਬਣਾਈਏ। ਸਭ ਭਾਈਤ ਸਮੇਤ, ਸਾਰੇ ਭਾਂ ਭਰਾਵਾਂ ਸਮੇਤ ਸ਼ਹੀਦ ਸਿੱਖਾਂ ਨੇ ਇੱਥੇ ਘਰ ਬਣਾ ਲਏ ਸ੍ਰੀ ਗੋਇੰਦਵਾਲ ਸਾਹਿਬ ਜੀ ਵਿੱਚ। ਹਾਂਜੀ, ਗੁਰ ਸਥਾਨ ਮੰਗਲ ਬਹੁ ਹੋਵੇ, ਗੁਰੂ ਘਰ ਚ ਬੜੀ ਖੁਸ਼ੀ ਹੁੰਦੀ ਹੈ, ਰੋਜ਼ ਨਵੀਆਂ ਖੁਸ਼ੀਆਂ ਦਰਬਾਰ ਚ,
ਰੋਜ਼ ਲੋੜ ਲੱਗੀਆਂ ਮੇਲੇ ਲੱਗੇ ਹਜ਼ਾਰਾਂ ਸੰਗਤਾਂ ਆ ਰਹੀਆਂ ਹਜ਼ਾਰਾਂ ਜਾ ਰਹੀਆਂ ਲੰਗਰ ਪੱਕ ਰਹੇ ਕੀਰਤਨ ਹੋ ਰਹੇ ਦੀਵਾਨ ਸੱਜ ਰਹੇ ਰੋਜ਼ ਹੀ ਨਿਤ ਨਵੀਆਂ ਗੁਰੂ ਦੇ ਦਰਬਾਰ ਤੇ ਖੁਸ਼ੀਆਂ ਉਹ ਜਿਹੜੇ ਮੰਗਲ ਉਹ ਮਾਹੌਲ ਵੇਖਿਆ ਇਹਨਾਂ ਮੁਸਲਮਾਨਾਂ ਨੇ ਗਾਵਤ ਸਭ ਸਿੱਖ ਸ਼ਬਦ ਨੇ ਜੋ ਮੈਂ ਸਿੱਖ ਸ਼ਬਦ ਪੜ੍ਹਦੇ ਨੇ ਕੀਰਤਨ ਕਰਦੇ ਨੇ ਢੋਲਕੀਆਂ ਵੱਜਦੀਆਂ ਨੇ ਮਹਿਤੰਗ ਵੱਜਦੇ ਨੇ ਰਬਾਬਾਂ ਵੱਜਦੀਆਂ ਨੇ ਬਹੁਤ ਬਾਣੀ ਦਾ ਪ੍ਰਵਾਹ ਚੱਲਦਾ ਸਾਰਾ ਸਾਰਾ ਦਿਨ ਕੀਰਤਨ ਹੁੰਦਾ ਰਹਿੰਦਾ ਹੈ ਸਾਰਾ ਸਾਰਾ ਦਿਨ ਕਥਾ ਹੁੰਦੀ ਰਹਿੰਦੀ ਸਿੱਖ ਨੇ ਕੇ ਕਿਸੇ ਦੇਖ ਸੁਚਾਲੀ ਉਹ ਜਿਹੜੇ ਸਿੱਖ ਨੇ ਉਹ ਗੁਰੂ ਤੇ ਸਿੱਖਾਂ ਦੀ ਚਾਲ ਵੇਖ ਕੇ ਦੁਖੀ ਹੁੰਦੇ ਖਾਸ ਕਰਕੇ ਉਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਅੰਦਰ ਮੁਤਾਸਰ ਈਰਖਾ ਦੀ ਅੱਗ ਭੜਕ ਪਈ ਪਹਿਲਾਂ ਆਏ ਸੀ ਵੀ ਨਗਰ ਬੜਾ ਚੰਗਾ ਹੈ ਕਿਤੇ ਰਹਾਂਗੇ ਪਰ ਇਹ ਈਰਖਾ ਇਹੋ ਜਿਹੀ ਚੀਜ਼ ਆ ਜਾਣੀ ਕਿ ਇਸ ਟਾਈਮ ਨਾਲ ਗੱਲ ਚੱਲ ਰਹੀ ਸੀ ਬਈ ਅਸੀਂ ਕਿਸੇ ਨਾਲ ਬਹੁਤਾ ਲੰਬਾ ਸਮਾਂ ਲਈਏ ਨਾ ਭਾਵੇਂ ਸੱਤਾ ਭਰਾ ਰਹੀ ਹੋਵੇ ਉਹਦੇ ਨਾਲ ਵੀ ਈਰਖਾ ਹੋ ਜਾਂਦੀ ਇਹ ਖੇਡ ਹੀ ਅਸੀਂ ਵਰਤਾਰਾ ਹੀ ਹੈ ਸਰ ਈਰਖਾ ਨੂੰ ਮਾਰਨਾ ਬੜਾ ਔਖਾ ਹੈ ਇਹ ਗੁਰੂ ਕਿਰਪਾ ਕਰੇ ਤੇ ਅੰਦਰੋਂ ਮਿਲਦੀ ਹੈ ਨਹੀਂ ਤੇ ਕਿਤੇ ਨਾ ਕਿਤੇ ਫਿਰ ਸਿਰ ਚੁੱਪ ਰਹੀ ਉਹਨਾਂ ਸੇਖਾਂ ਦੇ ਮਾਨ ਤੇ ਈਰਖਾ ਵਾਲੀ ਮਹਾਰਾਜ ਸਾਹਿਬ ਜੀ ਦੀ ਮਹਿਮਾ ਵੇਖ ਕੇ ਉਹ ਗੁਰੂ ਕੀ ਮਹਿਮਾ ਵੇਖ ਕੇ ਸਹਿ ਨਾ ਸਕੇ ਤੇ ਨਾਲ ਡਾਟ ਰੱਖਣ ਲੱਗ ਪਏ ਗੁਰੂ ਘਰ ਦੇ ਨਾਲ ਵਿਗਾੜ ਪਾਉਣਾ ਸ਼ੁਰੂ ਕਰ ਦਿੱਤਾ ਸੇਖਾਂ ਦੇ ਮੁੰਡਿਆਂ ਨੇ ਹਾਂਜੀ ਨੀਲ ਭਰਨ ਘੱਟ ਲੈ ਸਿੱਖ ਜਾਵੇ ਜਿਹੜੇ ਸਿੱਖ ਖੂਹਾਂ ਤੋਂ ਪਾਣੀ ਭਰਨ ਲਈ ਘੜੇ ਲੈ ਕੇ ਜਾਂਦੇ ਸੀ ਬਾਲਕ ਲੇਲਾ ਮਾਰਗ ਵਾਵੈ ਉਹ ਮਿੱਟੀ ਦੇ ਘੜੇ ਉਹਨਾਂ ਜਵਾਨਾਂ ਚ ਆਮ ਆਉਂਦੇ ਸੀ ਮਿੱਟੀ ਦੇ ਘੜੇ ਸਿੱਖ ਲੈ ਕੇ ਜਾਂਦੇ ਪਾਣੀ ਭਰਨ ਲਈ ਖੂਹ ਤੋਂ ਤੇ ਉਹਨਾਂ ਦੇ ਮੁੰਡੇ ਗੁਲੇਲੇ ਮਾਰ ਕੇ ਘੜੇ ਭਰ ਲੈਂਦੇ ਸੀ ਹਾਂਜੀ ਯਾਦ ਦਿਨ ਬਹੁਤ ਕਰੀ ਜਬ ਤੇਰਾ ਜਦੋਂ ਉਹਨਾਂ ਨੇ ਏਦਾਂ ਬਹੁਤ ਵਾਰੀ ਕੀਤਾ ਘੜੇ ਭਰਨੇ ਸਿੱਖਾਂ ਦੇ ਹਾਂਜੀ ਗੁਰਪਾਲ ਸਿੱਖਿਆ ਨੇ ਕਿਵੇਂ ਬਣਾ ਸਿੱਖਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਵਿੱਚ ਹਾਂਜੀ ਸਿੱਖ ਨੇ ਸੁੱਤ ਘੱਟ ਤੋੜਿਆ ਤੋਰਨ ਸੱਚੇ ਪਾਤਸ਼ਾਹ ਸਿੱਖਾਂ ਦੇ ਬੱਚੇ ਸਾਡੇ ਘੜੇ ਤੋੜ ਦਿੰਦੇ ਨੇ ਜਲ ਕਉ ਜਪ ਕਰ ਲਿਆਵੈ ਪੂਰਨ ਜਦੋਂ ਆਪ ਜੀ ਦੇ ਲੰਗਰਾਂ ਦੀ ਸੰਗਤਾਂ ਪਾਣੀ ਲੈਣ ਜਾਂਦੀਆਂ ਨੇ ਪਾਣੀ ਲੈ ਕੇ ਆਉਂਦੇ ਆ ਰਸਤੇ ਚ ਘੜੇ ਨੂੰ ਗਲੇਲਾ ਮਾਰ ਦਿੰਦੇ ਨੇ ਘੜਾ ਭੰਨ ਦਿੰਦੇ ਨੇ ਤਬ ਕਰਨਾ ਕਰ ਬੋਲੇ ਬਾਨੀ ਮਹਾਰਾਜ ਸਾਹਿਬ ਜੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮੇਰਾ ਦੇ ਘਰ ਜਾ ਕੇ ਬੋਲੇ ਹਨ ਮਸਕਿਆਂ ਬੀਚ ਲਿਆਵੋ ਪਾਣੀ ਮਹਾਰਾਜ ਕਹਿੰਦੇ ਭਾਈ ਪਾਣੀ ਮਸਕਾਂ ਚ ਲਿਆਇਆ ਤੈਨੂੰ ਜੇ ਉਹ ਘੜੇ ਭੰਨ ਦਿੰਦੇ ਨੇ ਤੇ ਚਮੜੇ ਦੀ ਮਸਕ ਹੁੰਦੀ ਹੈ ਸਾਸ ਸਮੇਂ ਦੀ ਜਿਵੇਂ ਭਾਈ ਕਨਹੱਈਆ ਸਾਹਿਬ ਦੀ ਆਪਾਂ ਫੋਟੋ ਦੇਖਦੇ ਨਾ ਉਹਨਾਂ ਮਹਾਂਪੁਰਸ਼ਾਂ ਦੇ ਹੱਥ ਵਿੱਚ ਇੱਕ ਮਸਕ ਹੁੰਦੀ ਹੈ ਉਹ ਪਾਣੀ ਨਾਲ ਭਰੀ ਹੁੰਦੀ ਹੈ ਚਮੜੇ ਦੀ ਬਣੀ ਉਹਦੇ ਨਾਲ ਪਾਣੀ ਪੈਂਦੇ ਪੁਰਾਣੇ ਜ਼ਮਾਨੇ ਦਾ ਇਹ ਤਰੀਕਾ ਸੀ ਪਸੀਨਾ ਸੀ ਪਾਣੀ ਲੈਣ ਮਹਾਰਾਜ ਕਹਿੰਦੇ ਮਸਕਾਂ ਭਰ ਕੇ ਲਿਆਇਆ ਘਰੋਂ ਮਾਨ ਬਚਨ ਤੇ ਸਿੱਖਾਂ ਨੇ ਮਸਕਾਂ ਲੈ ਲਈਆਂ ਤੇ ਬਚਨ ਮੰਨ ਕੇ ਮਸਕਾਂ ਪਾਣੀ ਲਿਆਉਣ ਲੱਗ ਪਏ ਜਲ ਭਰ ਹੋ ਕੋ ਮਸਕਾਂ ਲੈਣੀ ਉਹਨਾਂ ਨੇ ਮਸਕਾਂ ਲੈ ਲਈਆਂ ਖਰੀਦ ਨਹੀਂ ਤੇ ਉਹਨਾਂ ਮਸਕਾਂ ਵਿੱਚ ਪਾਣੀ ਗੁਰੂ ਕੇ ਸਿੱਖ ਲਿਆਉਂਦੇ ਹਨ ਤਬ ਬਾਰਕ ਕਰੇ ਧਾਰਕ ਮੰਨੈ ਉਹਨਾਂ ਬੱਚਿਆਂ ਨੇ ਫਿਰ ਸ਼ਰਾਰਤਾਂ ਕੀਤੀਆਂ ਉਹਨਾਂ ਨੇ ਆਖਿਆ ਵੀ ਹੁਣ ਮਸਕਾਂ ਕਿਵੇਂ ਤੋੜੀਏ ਮਸਕਾਂ ਨੂੰ ਚਮੜੇ ਦੀਆਂ ਮਸਕਾਂ ਹੁੰਦੀਆਂ ਉਹਨੂੰ ਤੀਰ ਮਾਰ ਕੇ ਤੋੜੀਏ ਉਹਨਾਂ ਨੇ ਤੀਰ ਕਮਾਣਾ ਬਣਾ ਲਈਆਂ ਹਾਂਜੀ ਤੀਰ ਮਾਰ ਫਾਰੈ ਅਭਮਾਨੈ ਅੰਕਾਰੀ ਸੇਖਾਂ ਦੇ ਮੁੰਡੇ ਬੜੇ ਹੀ ਮੂਰਖ ਅਗਿਆਨੀ ਈਰਖਾਂ ਦੇ ਨਾਲ ਤੀਰ ਮਾਰਦੇ ਨੇ ਸਿੱਖਾਂ ਦੀ ਪਾਣੀ ਦੀ ਮਸਕ ਪਾੜ ਦਿੰਦੇ ਨੇ ਹੁਣ ਸਿੱਖਾਂ ਨੇ ਗੁਰੂਰਾ ਸਿੱਖਾਂ ਨੇ ਫੇਰ ਸਾਹਿਬ ਜੀ ਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਸਕਲ ਪ੍ਰਤਾਪ ਵਿਖਾਲਿਓ ਤੂਰਾ ਸਾਰੀ ਗੱਲ ਦੱਸੀ ਸੱਚੇ ਪਾਤਸ਼ਾਹ ਜੀ ਹੁਣ ਪਾਣੀ ਮਸਕਾਂ ਵਿੱਚ ਵੀ ਨੀ ਲਿਆਉਣ ਦਿੰਦੇ ਤੀਰ ਮਾਰ ਕੇ ਮਸਕਾਂ ਪਾੜ ਦਿੰਦੇ ਨੇ ਮਸਕਾਂ ਭਾਰਤ ਕੱਸ ਕੇ ਤੀਰ ਨੇ ਤੀਰ ਕੱਸ ਕੇ ਮਾਰਦੇ ਨੇ ਪਾਣੀ ਡੋਲ ਦਿੰਦੇ ਨੇ ਮਸਕ ਪਾੜ ਦਿੰਦੇ ਨੇ ਬਸ ਨਾ ਚੱਲਤ ਕਰਤ ਅਮਗੀਰ ਮਹਾਰਾਜ ਬੜੀ ਅਵਗਿਆ ਕਰਦੇ ਨੇ ਬਹੁਤ ਤੰਗ ਕਰਦੇ ਨੇ ਬਹੁਤ ਠੀਸ ਨਿਆਣੇ ਨੇ ਮਾਂ ਬਾਪ ਵੀ ਉਹਨਾਂ ਦੇ ਰੋਕਦੇ ਨੇ ਉਹਨਾਂ ਨੂੰ ਤੇ ਬੜੀ ਭੁੱਖੀ ਸਹਿ ਉਹਨਾਂ ਦੇ ਮਾਪੇ ਉਹਨਾਂ ਨੂੰ ਦਿੰਦੇ ਨੇ ਗੁਰੂ ਕੇ ਸਿੱਖਾਂ ਨੂੰ ਪਾਣੀ ਨੀ ਭਰਨ ਦਿੰਦੇ ਪ੍ਰਭ ਮੁਖ ਚੰਦ ਬਚਨ ਪ੍ਰਕਾਸ਼ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਸਿੱਖਾਂ ਦਾ ਬਚਨ ਸੁਣ ਕੇ ਫੇਰ ਬੋਲੇ ਹਨ ਗਾਗਰ ਮੈਂ ਜਲ ਲਿਆਓ ਹੁਲਾਸੇ ਵਾਹਿਗੁਰੂ ਕੋ ਕੋਈ ਗੱਲ ਨੀ ਗਾਗਰਾਂ ਮੈਂ ਤਾਂਬੇ ਦੀਆਂ ਪਿੱਤਲ ਦੀਆਂ ਉਹਦੇ ਵਿੱਚ ਜਲ ਲਿਆਇਆ ਕਰੋ
ਸਤ ਭਾਖ ਕੀਨੇ ਤਿਨ ਤੈਸੇ ਸਿੱਖਾਂ ਦੇ ਸਤ ਬਚਨ ਕਹਿ ਕੇ ਗਾਗਰਾਂ ਦਾ ਬੰਦੋਬਸਤ ਕਰ ਲਿਆ ਉਹ ਗਾਗਰਾਂ ਨੇ ਆਣ ਲੱਗੇ ਹਨ ਕਹੀ ਮੁਕੰਦ ਆਨੰਦਿਤ ਜੈਸੇ ਜੋ ਮੁਕਤੀ ਦਾਤੇ ਆਨੰਦ ਦਾਤੇ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਸਿੱਖਿਆ ਦਿੱਤੀ ਸਿੱਖਾਂ ਨੇ ਉਹ ਸਿਰਫ ਉੱਥੇ ਤੇ ਮੰਨ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਵਚਨ ਅਨੁਸਾਰ ਗਾਗਰਾਂ ਖਰੀਦੀਆਂ ਤੇ ਗਾਗਰਾਂ ਵਿੱਚ ਜਲ ਭਰ ਕੇ ਲਿਆਉਣ ਲੱਗੇ ਹਨ ਬਾਲਕ ਘੱਟ ਕੀਰਤਨ ਭਾਨਾ ਉਹ ਮੁੰਡੇ ਫੇਰ ਨੀ ਹਟੇ ਸਾਸਨ ਦੀ ਬੁਰਾ ਬੰਦਾ ਬੁਰਾਈ ਕਰਨਾ ਨਹੀਂ ਹਟਦਾ ਬਾਣੀ ਚਾਹੁੰਦਾ ਸਾਪ ਕੁੰਜ ਛੱਡਦਾ ਦਿੱਖ ਨਹੀਂ ਛੱਡਦਾ ਸੱਪ ਦੇ ਉਹਦੇ ਛੱਡਦਾ ਤੇ ਨਾ ਬਦਲ ਨਹੀਂ ਉਹਦਾ ਸੁਭਾਅ ਬਦਲ ਗਿਆ ਜ਼ਹਿਰ ਦਾ ਅੰਦਰ ਹੁੰਦਾ ਹੀ ਹੈ ਨਾ ਤਾਂ ਉਹਨਾਂ ਨੇ ਤੀਰ ਕਮਾਉਣ ਲੱਗ ਕੇ ਫਿਰ ਇੱਟਾਂ ਚੁੱਕ ਲਈ ਇੱਟਾਂ ਮਾਰਨ ਲੱਗ ਪਏ ਘੜਿਆਂ ਨੂੰ ਜਿਹੜੇ ਉਹ ਗਾਗਰਾਂ ਸੀ ਨਾ ਤਾਂਬੇ ਦੀਆਂ ਪਿੱਤਲ ਦੀਆਂ ਉਹਨਾਂ ਨੂੰ ਇੱਟ ਮਾਰਦੇ ਨੇ ਤੇ ਉਹ ਪਤਲੀ ਪਲੇਟ ਦੀ ਬਣੀ ਹੁੰਦੀ ਹੈ ਉਹ ਗਾਗਰ ਦੀ ਇੱਟ ਵੱਜਦੀ ਹੈ ਨਾ ਉਹਦੀ ਨੁੱਕਰ ਵੱਜਦੀ ਤੇ ਉਹਦੀ ਤਰੇੜ ਆ ਜਾਂਦੀ ਮੋਰੀ ਆ ਜਾਂਦੀ ਤੇ ਗਾਗਰਾਂ ਨੂੰ ਉਲਟਾ ਮਾਰ ਕੇ ਉਹਨਾਂ ਚ ਵੀ ਮੋਰੀਆਂ ਕਰਨੀਆਂ ਸ਼ੁਰੂ ਕਰ ਦਿੰਦੀਆਂ ਜ਼ੁਲਮੀ ਕਰਾ ਦੁਸ਼ਟ ਅਭਿਮਾਨਾ ਸਿੱਖਾਂ ਦੇ ਮੁੰਡੇ ਜ਼ੁਲਮੀ ਕਰਦੇ ਹੈ ਹਟਦੇ ਹੀ ਨਹੀਂ ਗੁਰਮੇ ਸਿੱਖਾਂ ਨੂੰ ਦੁੱਖ ਦੇਣ ਤੋਂ ਕਿਉਂਕਿ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਕੀਰਤਨ ਭਜਨ ਸੇਵਾ ਸਿਮਰਨ ਗੁਰੂ ਘਰ ਦੀ ਲਹਿਰਾਂ ਬਹਿਰਾਂ ਈਰਖਾ ਕਰਦੇ ਈਰਖਾ ਦੇ ਨਾਲ ਗੁਰੂ ਘਰ ਸਿੱਖਾਂ ਦੇ ਜਿਹੜੇ ਘੜੇ ਨੇ ਪਹਿਲਾਂ ਗੁਰੇ ਨੇ ਮਾਰ ਕੇ ਤੋੜੇ ਫਿਰ ਮਸਤਾਂ ਪੌੜੀਆਂ ਤੀਰ ਮਾਰ ਮਾਰ ਕੇ ਹੁਣ ਗਾਂਗਰਾਂ ਨੂੰ ਇੱਟਾਂ ਮਾਰ ਮਾਰ ਕੇ ਭੰਨਣ ਲੱਗ ਪਏ ਮਾਤ ਤਾਤ ਤਿੰਨਗੇ ਨਹਿ ਹੋ ਰਹਿ ਉਹਨਾਂ ਦੇ ਮਾਪੇ ਵੀ ਉਹਨਾਂ ਨੂੰ ਰੋਕਦੇ ਨਹੀਂ ਬਹੁਤ ਪ੍ਰਸੰਨ ਨਿਹਾਲ ਭਹੋਰਾ ਖੁਸ਼ ਹੁੰਦੇ ਵੀ ਸਾਡੇ ਮੁੰਡੇ ਵਧੀਆ ਕੰਮ ਕਰ ਰਹੇ ਨੇ ਕਿਉਂਕਿ ਮਾਪੇ ਜਿਹੋ ਜਿਹੇ ਹੋਣਗੇ ਉਹੋ ਜਿਹੇ ਬੱਚੇ ਹੋਣਗੇ ਸਿੱਖਿਆ ਜਿਹੋ ਜਿਹੀ ਦੇਣੀ ਹੈ ਤੇ ਸਾਧ ਸੰਗਤ ਦੀ ਇਹਦਾ ਖੂਨ ਵਿੱਚ ਜਿਹੜਾ ਹੈ ਨਾ ਮਾੜੇ ਤੇ ਚੰਗੇ ਗੁਣ ਜਿਹੜੇ ਨੇ ਵਸਦੇ ਹਨ ਜੇ ਮਾਂ ਬਾਪ ਦਾ ਖਿਆਲਾਤ ਚੰਗਾ ਹੋਵੇਗਾ ਨੇਚਰਲੀ ਬੱਚਿਆਂ ਦਾ ਵੀ ਖਿਆਲ ਪੌਦਾ ਦਾ ਚੰਗਾ ਹੀ ਹੋਵੇਗਾ ਉਹ ਮਾਪੇ ਵੀ ਈਰਖਾ ਨੂੰ ਸਨ ਫਿਰ ਬੱਚੇ ਵੀ ਉਹਨੂੰ ਵੱਧ ਕੇ ਨਿਕਲੇ ਤੇ ਉਹਨਾਂ ਨੇ ਮਾਪਿਆਂ ਨੇ ਰੋਕਿਆ ਵੀ ਨੀ ਉਹਨਾਂ ਨੂੰ ਫਲ ਦੀ ਹੁਣ ਅਰਦਾਸ ਕਰੀ ਸਭ ਸੰਗਤ ਫਿਰ ਸੰਗਤ ਦੁਖੀ ਹੋਈ ਗੁਰੂ ਸਾਹਿਬ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਗਗਨ ਤੋਰਿਆ ਬਾਲਕ ਪੰਗਤ ਹੇ ਮਹਾਰਾਜ ਆਪ ਜੀ ਦੇ ਹੁਕਮ ਗਾਗਰਾਂ ਲਈਆਂ ਸਿੱਖਾਂ ਦੇ ਬੱਚੇ ਉਹ ਵੀ ਤੋੜ ਰਹੇ ਨੇ ਪਹਿਲਾਂ ਘੜੇ ਵਲੇਲੇ ਮਾਰ ਕੇ ਭੰਨਦੇ ਸੀ ਮਸ਼ਕਾਂ ਆਪ ਜੀ ਦੇ ਕੋਲੋਂ ਲਈਆਂ ਉਹ ਤੀਰ ਮਾਰ ਕੇ ਭੰਨ ਦਿੱਤੀਆਂ ਪਾੜ ਦਿੱਤੀਆਂ ਹੁਣ ਗਾਗਰਾਂ ਲਈਆਂ ਮਹਾਰਾਜ ਪਿੱਤਲ ਦੀਆਂ ਤਾਂਬੇ ਦੀਆਂ ਉਹ ਗਾਗਰਾਂ ਨੂੰ ਵੀ ਪੱਥਰ ਮਾਰ ਕੇ ਤੇ ਚਿਬ ਪਾ ਦਿੰਦੇ ਨੇ ਤੇ ਉੱਥੇ ਕਈ ਵਾਰੀ ਤਰੇੜ ਆ ਜਾਂਦੇ ਨੇ ਗਾਗਰਾਂ ਵੀ ਟੁੱਟ ਜਾਂਦੀਆਂ ਨੇ ਹੁਣ ਤੂਸ਼ਣ ਕਰਨਾ ਕਰ ਹੋਵੇ ਇਹ ਸੁਣ ਕੇ ਮਹਾਰਾਜ ਸਾਹਿਬ ਗੁਰੂ ਅਮਰਦਾਸ ਜੀ ਬੋਲੇ ਸਾਰੀ ਸ੍ਰਿਸ਼ਟੀ ਦੇ ਮਾਲਕ ਸਭ ਕੁਛ ਕਰ ਸਕਦੇ ਪਰ ਆਪ ਦੀ ਚੌਪੀ ਕਰ ਗਏ ਬੋਲੇ ਗੁਪਤੀ ਹੋ ਗਏ ਹਾਂਜੀ ਉੱਤਰ ਨਾ ਹੈ ਵਿਓ ਤਬ ਕੋਏ ਸਿੱਖ ਬੇਚਾਰੇ ਪੁੱਛਦੇ ਨੇ ਮਹਾਰਾਜ ਕੀ ਹੁਕਮ ਹੈ ਹੁਣ ਕੀ ਕਰੀਏ ਗੁਰੂ ਸਾਹਿਬ ਆਪਾਂ ਕੋਈ ਜਵਾਬ ਨਹੀਂ ਦਿੰਦੇ ਕੋਈ ਜਵਾਬ ਗੁਪਤ ਹੋ ਗਏ ਮਹਾਰਾਜ ਸਾਹਿਬ ਹਾਂਜੀ ਸੰਕਰਾਚਾਰਿਆ ਜੀ ਦੀ ਸੰਪਰਦਾ ਜਿਹੜੀ ਦਸ ਨਾਮੀ ਸੰਨਿਆਸੀ ਨੇ ਉਹ ਸਾਸਵੀਰ ਜੀ ਬੜੇ ਲੜਾਕੇ ਹੁੰਦੇ ਸ਼ਸਤਰਧਾਰੀ ਹੁੰਦੇ ਤਲਵਾਰਾਂ ਬੱਚੇ ਆਪਣੇ ਨਾਲ ਰੱਖਦੇ ਸੰਨਿਆਸੀਆਂ ਦਾ ਜਥਾ ਉਹ ਸ੍ਰੀ ਗੋਬਿੰਦਵਾਲ ਸਾਹਿਬ ਕਿਤੇ ਜਾਂਦਾ ਹੋਇਆ ਦੁੱਖ ਗਿਆ ਹਾਂਜੀ ਬਾਲਨ ਤੈਸੇ ਕੀਨੀ ਜਾਵੇ ਉਹਨਾਂ ਬਾਲਕਾਂ ਨੇ ਵੀ ਕੀਤਾ ਉਹ ਜਿਹੜਾ ਕੰਮ ਗੁਰੂ ਦੇ ਸਿੱਖਾਂ ਨਾਲ ਕਰਦੇ ਸੀ ਸੰਨਿਆਸੀਆਂ ਨਾਲ ਵੀ ਕਰ ਲਿਆ ਹਾਂਜੀ ਨੀਰਪੁਰ ਜਬ ਲਿਆਉਂਦਾ ਉਹ ਸੰਨਿਆਸੀ ਆਪਣੇ ਲੰਗਰ ਵੀ ਆਪ ਉਹਨਾਂ ਦੇ ਭਾਂਡੇ ਪਿੱਤਲ ਦੇ ਹੁੰਦੇ ਆ ਤੇ ਜਾਂ ਮਿੱਟੀ ਦਾ ਭਾਂਡਾ ਵਰਤਦੇ ਨਵਾਂ ਤੇ ਜਾਂ ਉਹ ਪਿੱਤਲ ਤਾਂਬੇ ਦਾ ਭਾਂਡਾ ਵਰਤਦੇ ਬੜੀ ਸਫਾਈ ਨਾਲ ਉਹ ਆਪ ਮਾਂਜ ਮਾਂਜ ਕੇ ਰੱਖਦੇ ਤੇ ਲੰਗਰ ਉਹ ਆਪਣੇ ਹੱਥੀ ਬਣਾਉਂਦੇ ਕਿਸੇ ਦੇ ਹੱਥ ਨਾਲ ਲੰਗਰ ਖਾਂਦੇ ਨੇ ਜਿਹੜੇ ਉਹ ਸੰਨਿਆਸੀ ਉਹ ਘੜਿਆਂ ਤੋਂ ਪਾਣੀ ਲੈਣ ਵਾਸਤੇ ਵਿਚਾਰੇ ਆਉਂਦੇ ਸਨ ਜਦੋਂ ਆਉਂਦੇ ਤੂਰ ਜੇਤ ਬਿਨ ਬੇਰਸ ਸੋ ਇਹ ਸੰਨਿਆਸੀਆਂ ਦੇ ਘੜੇ ਤੋੜਨ ਲੱਗ ਪਏ ਗੁਰੂ ਦੇ ਸਿੱਖਾਂ ਦੇ ਮਨ ਵਿੱਚ ਸ਼ਾਂਤੀ ਸੀ ਗੁਰੂ ਸਾਹਿਬ ਨੇ ਰੋਕੇ ਹੋਏ ਸੀ
ਪਰ ਸੰਨਿਆਸੀਆਂ ਦੇ ਘੜੇ ਦੇ ਨੂੰ ਤੋੜੇ ਇਹਨਾਂ ਨੇ ਹਾਂਜੀ ਲਾਗਿਓ ਤਾਂ ਗੁਲੇਲਾ ਜਾਈ ਕਿਸੇ ਨੂੰ ਜਾ ਕੇ ਗਲੇ ਨਾਲ ਲੱਗ ਗਿਆ ਹਾਂਜੀ ਨਿਤਿਓ ਨੈਣ ਮਹੰਤ ਤਦਾਈ ਉਹਨਾਂ ਦਾ ਜਿਹੜਾ ਮਹੰਤ ਸੀ ਨਾ ਸੰਨਿਆਸੀਆਂ ਦਾ ਗੁਰੂ ਸੀ ਜਿਹੜਾ ਉਹਦੀ ਅੱਖ ਦੇ ਵੱਜ ਗਏ ਉਹਦੀ ਅੱਖ ਦੇ ਗਿਰ ਗਏ ਹਾਂਜੀ ਸ਼ਸਤਰ ਪਕੜ ਕਰਕੇ ਕੇਤੇ ਮਾਰੇ ਉਹ ਸੰਨਿਆਸੀ ਦਾ ਅੱਗੇ ਸ਼ਸਤਰ ਧਾਰੀ ਸੀ ਉਹਨਾਂ ਦੇ ਯਾਤਰੇ ਤਲਵਾਰਾਂ ਬੱਚੇ ਉਹਨਾਂ ਨੇ ਚੁੱਕ ਲਏ ਡੰਡਾ ਸੋਟੇ ਉਹਦਾ ਪੈਰੇ ਦਗੜੇ ਹੋ ਗਏ ਇਹਨਾਂ ਦੇ ਘਰਾਂ ਤੇ ਸੇਖਾਂ ਦੇ ਘਰਾਂ ਤੇ ਸੰਨਿਆਸੀਆਂ ਨੇ ਹੱਲਾ ਕੋ ਬਹੁਤ ਸਾਰੇ ਬੰਦੇ ਉਹਨੇ ਕੁੱਟੇ ਮਾਰੇ ਚੰਗੀ ਦਾ ਹਾਂਜੀ ਕੇਤੇ ਚੀਰੇ ਕੇਤੇ ਫਾੜੇ ਉੱਤੇ ਜਾ ਕੇ ਸੰਨਿਆਸੀਆਂ ਨੇ ਤੇਗਾਂ ਚਲਾ ਦਿੱਤੀਆਂ ਬੱਚੇ ਚਲਾ ਦਿੱਤੇ ਕਈ ਚੀਜ਼ ਉੱਤੇ ਵੀ ਪਾਉਣ ਦਿੱਤੇ ਹਾਂਜੀ ਜਿਹੀ ਸਮੇਂ ਤੁਰਕਣ ਕੋ ਡੇਰਾ ਤੇ ਇਹਨਾਂ ਇਧਰੋਂ ਨੇ ਕੁੱਟ ਖਾਧੀ ਸੀ ਭਾਣਾ ਪਰਮੇਸ਼ਰ ਦਾ ਹੋਰ ਵਰਤਿਆ ਉਸੇ ਦਿਨ ਰਾਤ ਨੂੰ ਤੁਰਕਾਂ ਦੀ ਫੌਜ ਦਾ ਡੇਰਾ ਕੋਈ ਫੌਜ ਤੁਰਕਾਂ ਦੀ ਨਗਰੀ ਜਾ ਰਹੀ ਸੀ ਉਹ ਇੱਥੇ ਇਸ ਸ੍ਰੀ ਗੋਇੰਦਵਾਲ ਸਾਹਿਬ ਪੱਤਣ ਦੇ ਲੋਕ ਲਈ ਹਾਂਜੀ ਆਏ ਪੁਰਕੇ ਜੋ ਫੇਰਾ ਉਹ ਜਿਹੜੀ ਫੌਜ ਸੀ ਤੁਰਕਾਂ ਦੀ ਉਹ ਕਿਹੜੀ ਸੀ ਜਿਹੜੀ ਗੌਰਮੈਂਟ ਦਾ ਖਜ਼ਾਨਾ ਲੈ ਕੇ ਜਾਂਦੀ ਸੀ ਖੱਚਰਾਂ ਦੇ ਉੱਤੇ ਜਿਹੜੀਆਂ ਪੁਰਾਣੇ ਜ਼ਮਾਨੇ ਦੇ ਖੱਚਰਾਂ ਜਾਂ ਊਠ ਹੁੰਦੇ ਸੀ ਭਾਰ ਲੱਦਣ ਲਈ ਜਿਹੜਾ ਸਰਕਾਰੀ ਖਜ਼ਾਨਾ ਸੀ ਖੱਚਰਾਂ ਦੇ ਲੱਦਿਆ ਹੁੰਦਾ ਸੀ ਉਹ ਖੱਚਰਾਂ ਦੇ ਖੁਰਜੀਆਂ ਵਿੱਚ ਉਹਨਾਂ ਨੇ ਮੋਹਰਾਂ ਸੋਨੇ ਲਈਆਂ ਜਾਂ ਚਾਂਦੀ ਦੇ ਰੁਪਈਏ ਪਾਏ ਹੋਏ ਉਹਨਾਂ ਨੇ ਲਿਆ ਕੇ ਉੱਥੇ ਖੜੇ ਕਰ ਦਿੱਤੇ ਉਹ ਰਾਤ ਨੂੰ ਘੇਰਾ ਪਾ ਕੇ ਇੱਥੇ ਖਲੋ ਜਾਂਦੇ ਆ ਪਰ ਇਹਨਾਂ ਨੇ ਪਹਿਰਾ ਰੱਖਦੇ ਆ ਸਵੇਰੇ ਸਵੇਰੇ ਫਿਰ ਤੋੜ ਲੈਂਦੇ ਆ ਉਹ ਜਦੋਂ ਉਹਨਾਂ ਨੇ ਅਡੇਰਾ ਕੀਤਾ ਖਜ਼ਾਨਾ ਸਰਕਾਰੀ ਜਿਹੜਾ ਬੈਂਕ ਸੀਗਾ ਸਰਕਾਰ ਦਾ ਮਾਲ ਸੀ ਉਹ ਉੱਥੇ ਰੋਕ ਲਿਆ ਥੋੜੇ ਸਮੇਂ ਲਈ ਹਾਂਜੀ ਖੱਚਰਾਂ ਨੇ ਧਨ ਕੀ ਲੱਦੀ ਅਨੇਕਾਂ ਧਨ ਦੀਆਂ ਖੱਚਰਾਂ ਲੱਦੀਆਂ ਹੋਈਆਂ ਸਨ ਬਹੁਤ ਸਨ ਹਾਂਜੀ ਉਤਰੀ ਆਏ ਰਹਿਣ ਕਰ ਟੇਕਾ ਉਹ ਰਾਤ ਇੱਥੇ ਵਿਕਣ ਰੋਕਣ ਵਾਸਤੇ ਮੁਸਲਮਾਨ ਜਿਹੜੇ ਖਜ਼ਾਨਾ ਲੈ ਕੇ ਆ ਰਹੇ ਸੀ ਲੋਕਾਂ ਦੀ ਫੌਜ ਦੇ ਬੰਦੇ ਉਹ ਰੁਕ ਗਏ ਹਾਂਜੀ ਰਾਤ ਕਾਲ ਚਲਪੋ ਦਿਨ ਕੀਨੋ ਸਵੇਰ ਮੈਂ ਤੁਰਨਾ ਸੀਗਾ ਸਵੇਰੇ ਸਵੇਰੇ ਜਦੋਂ ਉੱਠ ਕੇ ਲਾਹੌਰ ਨੂੰ ਜਾਣ ਲੱਗੇ ਆਂਦੀ ਆਈ ਬਲਾ ਸੀ ਕੀਨੋ ਭਰਾ ਪਰਮੇਸ਼ਰ ਦਾ ਬੜੀ ਨੇਰੀ ਆ ਰਹੀ ਨੇਰੀ ਇਹੋ ਜਿਹੀ ਵੀ ਮੈਂ ਅੱਜ ਪਰਲੋ ਹੀ ਆ ਜਾਣੀ ਹੈ ਕਈ ਵਾਰੀ ਬਹੁਤ ਡਰ ਨੇਰੀ ਤੂਫਾਨ ਆ ਜਾਂਦਾ ਬਹੁਤ ਔਖਾ ਹੋ ਜਾਂਦਾ ਕੰਮ ਕਾਰ ਕਰਨ ਦੀ ਸੱਦਾ ਉੱਡ ਜਾਂਦੀ ਹੈ ਦਰਦ ਟੁੱਟ ਜਾਂਦੇ ਹੈ ਉਹੋ ਜਿਹੀ ਨੇਰੀ ਸੀ ਤੂਫਾਨ ਸੀਗੇ ਆਇਆ ਵੀ ਸਵੇਰੇ ਸਵੇਰੇ ਚਾਰ ਪੰਜ ਵਜੇ ਹਾਂਜੀ ਜਾਈਏ ਇੰਨੀ ਤੇਜ ਨਹਿਰੀ ਸੀ ਹਾਂਜੀ ਜਨ ਸਕਰੇ ਪੇ ਅੰਧ ਤਦਾਈ ਮਿੱਟੀ ਕੱਟਾ ਅੱਖਾਂ ਪੈਰ ਮਿਲ ਕੇ ਅੰਧੇ ਹੀ ਕਰਦੇ ਹਨੇਰੀ ਦਾ ਮਤਲਬ ਹੀ ਉਹਨਾਂ ਕਰ ਦਿੰਦੀ ਹੈ ਹਾਂਜੀ ਵਿਰੋਧ ਕਰਦੇ ਸਨ ਈਰਖਾ ਕਰਦੇ ਸਨ ਉਹਨਾਂ ਦੇ ਘਰਾਂ ਦੇ ਖੱਚਰ ਵੜ ਗਈ ਤਾਤਕਾਲ ਦਿਨ ਅੰਤਰ ਪਾਈ ਉਹ ਲਾਲਚ ਵਿੱਚ ਆ ਗਏ ਜਦੋਂ ਕਿਸੇ ਦੀ ਮੱਤ ਮਾਰੀ ਜਾਣੀ ਹੁੰਦੀ ਜੋ ਸਮਾਂ ਵਿਨਾਸ਼ਕਾਲੇ ਪ੍ਰੀਤ ਬੰਦੀ ਜੇ ਕੋ ਆਪ ਖੁਆਏ ਕਰਤਾ ਖੁਸਰੇ ਚੰਗਿਆਈ ਜਦੋਂ ਪਰਮਾਤਮਾ ਨੇ ਮਾਰਨਾ ਹੁੰਦਾ ਨਾ ਬੰਦੇ ਨੂੰ ਕਿਸੇ ਨੇ ਕੁਛ ਕੰਮ ਚ ਪਾ ਦੇਣਾ ਬੁਰੀ ਮੱਤ ਦੇ ਰਹਿੰਦਾ ਕਹਿੰਦੇ ਰੱਬ ਨੂੰ ਡਾਂਗੀ ਮਾਰਦਾ ਦੇਹ ਕੋਲ ਨਹੀਂ ਮਾਰਦਾ ਪੰਜਾਬੀ ਦਾ ਇਹ ਫਿਕਰਾ ਕਹਾਵਤ ਹੈ ਵੀ ਰੱਬ ਨੂੰ ਡਾਂਗੀ ਮਾਰਦਾ ਰੱਬ ਡਾਂਗਾ ਡਾਂਗੀ ਮਾਰਦਾ ਰੱਬ ਕੁੱਠੀ ਮੱਤ ਦੇ ਕੇ ਮਾਰਦਾ ਕੁੱਠੀ ਮੱਤ ਦੇ ਦਿੱਤੀ ਰੱਬ ਨੇ ਉਹ ਜਿਹੜੀ ਖੱਚਰ ਸੀ ਉਹਦੇ ਉੱਤੇ ਲੱਦੀਆਂ ਮੋਹਰਾਂ ਨੂੰ ਵੇਖ ਕੇ ਮਨ ਟੋਲ ਗਿਆ ਕਹਿੰਦੇ ਚਲੋ ਹੁਣ ਕੀ ਪਤਾ ਲੱਗਣਾ ਆਪਾਂ ਅੰਦਰ ਵਾਣ ਲੈਂਦੇ ਉਹ ਸੇਖਾਂ ਨੇ ਆਪਣੇ ਅੰਦਰ ਲੁਕਾ ਲਈ ਖੱਚਰ ਹਾਂਜੀ ਖੁਰਾ ਖੋਜ ਜਾਂਦੇ ਹੋ ਨਹੀਂ ਜਾਈ ਉਹਦਾ ਖੁਰਾ ਖੋਜ ਜਿਹੜਾ ਉਹ ਪਤਾ ਹੀ ਨੀ ਲੱਗਾ ਵੀ ਕਿੱਧਰ ਗਈ ਹੈ ਹਾਂਜੀ ਆਂਦੀ ਹੱਡੀ ਤੇ ਹੋ ਜਾਣਾ ਮੇਰੀ ਹੱਡੀ ਦਿਨ ਚੜ ਗਿਆ ਉਹ ਜਿਹੜੇ ਬੰਦਿਆਂ ਨੇ ਜਿੰਮੇਵਾਰੀ ਪੈਸੇ ਪੈਸੇ ਦਾ ਹਿਸਾਬ ਦੇਣਾ ਸੀ ਉਹਨਾਂ ਨੇ ਆਪਣੀਆਂ ਖੱਚਰਾਂ ਗਿਣੀਆਂ ਹਾਂਜੀ
ਖੱਜਰ ਦੇਖਣ ਲੱਗੇ ਅਪਾਰਾ ਸਾਰੀਆਂ ਖੱਜਰਾਂ ਗਿਣੀਆਂ ਸਾਰਿਆਂ ਦਾ ਹਿਸਾਬ ਕਿਤਾਬ ਚੈੱਕ ਕੀਤਾ ਹਾਂਜੀ ਟੋਲ ਟੋਲ ਬਹੁ ਰਹੇ ਨਾ ਪਾਈ ਇੱਕ ਖੱਜਰ ਘੱਟ ਹੈ ਬਾਕੀ ਸਾਰੀਆਂ ਹਨ ਮੈਨੂੰ ਕਿੱਥੇ ਗਈ ਲੱਭੋ ਉਹਨਾਂ ਦੇ ਪਤਾ ਨੀ ਕਿੰਨੇ ਹਜ਼ਾਰ ਰੁਪਈਆ ਉਹਦੇ ਉੱਤੇ ਜੇ ਅਸੀਂ ਜਾਵਾਂਗੇ ਬਾਦਸ਼ਾਹ ਦੇ ਕੋਲ ਉੱਥੇ ਨਾਲ ਜਾਵਾਂਗੇ ਉਹ ਪੁੱਛ ਗਿੱਛ ਹੋਵੇ ਕਿ ਪੈਸਾ ਕਿੱਥੋਂ ਭਰਾਂਗੇ ਅਸੀਂ ਤਾਂ ਗਰੀਬ ਲੋਕ ਹਾਂ ਲੋਕਾਂ ਉਹਨਾਂ ਨੇ ਫਟਾਫਟ ਆਪਣੀ ਜਿਹੜੀ ਉਹ ਖਜ਼ਾਨਾ ਸੀ ਉਹਨੂੰ ਪੂਰਾ ਕਰਨ ਲਈ ਸਰਕਾਰੀ ਖਜ਼ਾਨਾ ਲੱਭਣ ਲਈ ਖੱਚਰ ਦੀ ਭਾਲ ਸ਼ੁਰੂ ਕਰ ਦਿੱਤੀ ਗੋਏ ਨਿਰਾਸ ਜਬ ਚਲੇ ਮਰਾਈ ਕਹਿੰਦੇ ਨਿਰਾਸ ਵੀ ਹੋ ਗਏ ਵਿਚਾਰੇ ਬੜੇ ਦੁਖੀ ਹੋਏ ਵੀ ਬਹੁਤ ਮਾੜਾ ਕੰਮ ਹੋ ਗਿਆ ਸਾਡੀ ਖੱਚਰ ਜਿਹੜੀ ਇੰਨਾ ਪੈਸਾ ਲੱਗਾ ਚਲੀ ਗਈ ਇਹਦਾ ਮਤਲਬ ਸਾਡੀ ਨੌਕਰੀ ਵੀ ਜਾਵੇਗੀ ਸਾਨੂੰ ਸਜ਼ਾ ਵੀ ਮਿਲੇਗੀ ਵੀ ਤੁਸੀਂ ਲਾਪਰਵਾਹੀ ਕੀਤੀ ਹਾਂਜੀ ਗ੍ਰਹਿ ਅੰਤਰ ਖੱਚਰ ਤਬ ਬੋਲੀ ਉਹ ਪਾਣਾ ਹੋਇਆ ਲੱਭਦਾ ਫਿਰਦਾ ਸੀ ਉਹ ਖੱਚਰ ਜਿਹੜੇ ਕਮਰੇ ਚ ਲੁਕਵਾ ਕੇ ਅੰਦਰ ਵਾੜੀ ਸੀ ਉੱਥੋਂ ਬੋਲ ਪਈ ਬੜੇ ਸਿਪਾਹੀ ਲੀਨ ਸਖੋਲੀ ਸਿਪਾਹੀਆਂ ਨੇ ਕਿਹਾ ਖੱਚਰ ਤੇ ਸਾਡੀ ਉਹ ਬੋਲਦੀ ਉਹ ਅੰਦਰ ਜਾ ਕੇ ਵੜ ਗਏ ਉਹਨਾਂ ਨੇ ਅੰਦਰੋਂ ਖੱਚਰ ਵੇਖ ਲਈ ਦੱਬ ਲਈ ਹਾਂਜੀ ਗੱਪ ਕਰੇ ਉਹ ਘਰ ਬਾਹਰ ਤੇਰੇ ਕੋਲ ਜਿਹੜਾ ਸਰਕਾਰੀ ਅਫਸਰ ਸੀ ਉਹਨੂੰ ਸਾਰੀ ਗੱਲ ਦੱਸੀ ਵੀ ਅੱਜ ਸੇਖਾਂ ਨੇ ਏਦਾਂ ਹੇਰਾਫੇਰੀ ਕੀਤੀ ਸਰਕਾਰੀ ਖਜ਼ਾਨੇ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਬੜਾ ਵੱਡਾ ਗੁਨਾਹ ਹੈ ਉਸ ਜ਼ਮਾਨੇ ਦੀ ਚੋਰੀ ਜਿਹੜੀ ਸੀ ਅਜੇ ਵੀ ਮੁਸਲਮਾਨੀ ਦੇਸ਼ਾਂ ਵਿੱਚ ਬੜਾ ਸਖ਼ਤ ਕਾਨੂੰਨ ਹੈ ਸਾਊਦੀ ਅਰਬ ਵਾਲੇ ਪਾਸੇ ਉੱਧਰ ਉਹ ਕਹਿੰਦੇ ਵੀ ਚੋਰੀ ਕਰਨ ਵਾਲੇ ਦਾ ਸਿਰ ਵੀ ਵੱਢ ਦਿੰਦੇ ਆ ਇੱਕ ਹੱਥ ਵੱਢ ਦਿੰਦੇ ਆ ਜੇ ਉਹਦੀ ਚੋਰੀ ਹੋਵੇ ਚੋਰੀ ਤੇ ਸਖ਼ਤੀ ਹੈ ਆਪਣੇ ਜਿਹੜੇ ਇੰਡੀਆ ਵਿੱਚ ਤਾਂ ਇੱਧਰ ਇਹਨਾਂ ਚੋਰ ਨੂੰ ਸਜ਼ਾ ਨਹੀਂ ਦਿੰਦੇ ਜਿੰਨੀ ਮੁਸਲਮਾਨੀ ਦੇਸ਼ਾਂ ਜਾਂ ਪੁਰਾਣੇ ਜ਼ਮਾਨੇ 'ਚ ਭਾਈ ਗੁਰਦਾਸ ਜੀ ਉਹਨਾਂ ਨੇ ਕਿਹਾ ਵੀ ਚੋਰਾਂ ਨੂੰ ਸੂਲੀ ਚਾੜ ਦਿੰਦੇ ਸੀ ਵਾਹਿਗੁਰੂ ਦਾਸ ਦੇ ਬਾਣੀ ਦੇ ਮਿਸਾਲ ਆਉਂਦੀ ਵੀ ਚੋਰਾਂ ਨੂੰ ਸੂਲੀ ਚਾੜ ਕੇ ਮਾਰ ਦਿੰਦੇ ਸੂਲੀ ਦੀ ਮੌਤ ਬੜੀ ਭੈੜੀ ਹੁੰਦੀ ਸੀ ਸਖ਼ਤ ਸਜ਼ਾਵਾਂ ਸਨ ਚੋਰਾਂ ਲਈ ਚੋਰੀ ਕੀਤੀ ਹੈ ਬਾਈ ਬਹੁਤ ਮਾੜਾ ਕੰਮ ਕੀਤਾ ਇਹਨਾਂ ਨੂੰ ਸਜ਼ਾ ਦਿਓ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਅਫਸਰ ਨੇ ਆਰਡਰ ਦੇ ਦਿੱਤਾ ਵੀ ਇਹਨਾਂ ਸਾਰੇ ਨੂੰ ਫੜੋ ਹਾਂਜੀ ਗੁਰੂ ਤੋਂ ਬੈਰ ਫਤੂਤ ਹੋ ਜਿਨ ਕੋ ਜਿਹਨਾਂ ਦਾ ਗੁਰੂ ਨਾਲ ਬੈਰ ਸੀ ਜਿਹੜੇ ਗੁਰੂ ਮਹਾਰਾਜ ਸਾਹਿਬ ਜੀ ਦੀ ਸੰਗਤ ਦੇ ਖੜੇ ਬਣਦੇ ਸਨ ਸੰਗਤ ਨੂੰ ਤੰਗ ਕਰਦੇ ਸਨ ਹੋਰ ਵੀ ਬੜੀਆਂ ਦਿੱਕਤਾਂ ਖੜੀਆਂ ਕਰਦੇ ਸਨ ਮਹਾਰਾਜ ਸਾਹਿਬ ਜੀ ਦੀ ਸੰਗਤ ਨੂੰ ਵੇਖ ਕੇ ਸੜਦੇ ਸਨ ਅੱਜ ਆਪਣੀ ਈਰਖਾ ਦੀ ਪੱਗ ਚ ਸੜਨ ਲੱਗੇ ਪਾਪੀ ਦੇ ਮਾਰਨੇ ਤੋਂ ਪਾਪ ਮਾਂਵਲੀ ਹੋ ਗਿਆ ਹਾਂਜੀ ਚੇਤਕ ਫਾਂਸੀ ਗੀਰ ਉਠਾਈ ਕਈਆਂ ਨੂੰ ਫਾਂਸੀ ਦਿੱਤੀ ਕਈਆਂ ਨੂੰ ਉਹਨਾਂ ਨੇ ਬਹੁਤ ਸਖ਼ਤ ਸਜ਼ਾਵਾਂ ਦਿੱਤੀਆਂ ਹਾਂਜੀ ਚੇਤਕ ਕੀ ਤਬ ਪਤ ਆਈ ਕਈਆਂ ਨੂੰ ਬੇਇੱਜ਼ਤ ਕੀਤਾ ਪਰੇ ਸਭਾ ਦੇ ਵਿੱਚ ਖੜੇ ਕਰਕੇ ਸ਼ਰਮਿੰਦੇ ਕੀਤਾ ਜਿਹੜੇ ਉਹਨਾਂ ਦੇ ਬਜ਼ੁਰਗ ਸਨ ਉਹਨਾਂ ਨੂੰ ਵੀ ਜੁੱਤੀਆਂ ਮਾਰੀਆਂ ਵੀ ਤੁਸੀਂ ਕਿਹੋ ਜਿਹੇ ਲੋਕ ਹੋ ਮੁਸਲਮਾਨ ਸੇਖ ਹੋ ਕੇ ਤੁਸੀਂ ਸਰਕਾਰੀ ਖਜ਼ਾਨਾ ਚੋਰੀ ਕੀਤਾ ਉਹ ਗੁਰੂ ਮਹਾਰਾਜ ਦੀ ਨਿੰਦਾ ਕਰਦੇ ਸਨ ਗੁਰੂ ਮਹਾਰਾਜ ਦਾ ਵੈਰ ਕਰਦੇ ਸਨ ਆਪਣੀ ਕੀਤੀ ਦਾ ਫਲ ਪਾ ਗਏ ਗੁਰਪੈ ਸਿੱਖਣ ਕਜੀਤ ਪੂਰਨ ਸਿੱਖਣ ਨੇ ਬੇਨਤੀ ਕੀਤੀ ਆ ਕੇ ਮਹਾਰਾਜ ਨੂੰ ਸਾਰੀ ਗੱਲ ਦੱਸੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਪਰ ਦੇਖੋ ਸੇਖ ਗੁਰੂ ਕੇ ਸਿੱਖਾਂ ਨਾਲ ਵੈਰ ਕਰਦੇ ਸਨ ਉਹਨਾਂ ਦਾ ਕੀ ਬਣਿਆ ਹੈ ਸੁਣ ਗੁਰ ਕਹਿਤ ਭਰੇ ਤਬ ਤੂਰਨ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਮਨ ਵਿੱਚ ਕੋਈ ਖੁਸ਼ੀ ਗਮੀ ਨਹੀਂ ਹੈ ਕਿਉਂਕਿ ਮਹਾਂਪੁਰਸ਼ਾਂ ਨੂੰ ਵਿਅਕਤੀ ਸਮਾਨ ਹੁੰਦੀ ਸਾਡੇ ਵਰਗੇ ਤੂੰ ਕਹਿਣ ਗੱਲ ਦੇਖਿਆ ਨਾ ਦੇਖਿਆ ਕੀ ਬਣਿਆ ਉਹਨਾਂ ਦਾ ਮਹਾਰਾਜ ਨੇ ਇੱਦਾਂ ਨਹੀਂ ਮਾਰੇ ਸ਼ਾਂਤ ਰਹੇ ਕਹਿੰਦੇ ਬੈਠੋ ਭਾਈ ਸਿੱਖੋ ਬਚਨ ਸੁਣੋ ਹਾਂਜੀ ਇੱਕ ਸੰਤ ਪੈ ਸਿੱਖ ਸੋ ਬੋਲਿਓ ਮਹਾਰਾਜ ਕਹਿਣ ਲੱਗੇ ਭਾਈ ਇੱਕ ਪੁਰਾਣੀ ਸਾਖੀ ਹੈ ਇੱਕ ਸੰਤ ਦੇ ਕੋਲ ਇੱਕ ਸੇਵਕ ਨੇ ਉਹ ਸੰਤ ਦਾ ਕੋਈ ਸੇਵਕ ਸੀ ਉਹਨੇ ਬੇਨਤੀ ਕੀਤੀ ਹਾਂਜੀ ਸੋ ਸੁਣੇ ਹੋ ਤਰ ਧਿਆਨ ਅਮੋਲਿਓ ਉਸ ਸੰਤ ਨੇ ਜੋ ਸਿੱਖ ਨੂੰ ਉਪਦੇਸ਼ ਦਿੱਤਾ ਉਹ ਮਹਾਰਾਜ ਪਿਛਲੀ ਗੱਲ ਰਹੀ ਆਪਣੀ ਗੱਲ ਕਹਿ ਰਹੇ ਇਹ ਨਹੀਂ ਕਹਿ ਰਹੇ ਅਸੀਂ ਕਹਿ ਰਹੇ ਹਾਂ ਕਿਸੇ ਮਹਾਂਪੁਰਸ਼ ਦੀ ਗੱਲ ਕਹਿ ਉਹ ਕਿਸੇ ਸਮੇਂ ਦੀ ਕਿਸੇ ਨੇ ਕਹਿ ਤਾਂ ਆਪ ਹੀ ਰਹੇ ਨੇ ਇਹ ਵੱਡਿਆਂ ਦੀ ਵਡਿਆਈ ਹੁੰਦੀ ਹੈ ਵੀ ਉਹ ਆਪਣਾ ਨਾਂ ਨੀ ਆਉਣ ਦਿੰਦੀ ਧੰਨ ਗੁਰੂ ਅਮਰਦਾਸ ਸਾਹਿਬ ਪਾਸ ਵਚਨ ਕਰਨ ਦਾ ਢੰਗ ਹੈ ਦੇਖੋ ਸਾਹਸਨ ਦੇ ਜੇ ਕੋਈ ਹੁੰਦਾ ਸਾਡੇ ਵੱਲ ਕਹਿੰਦਾ ਮੈਂ ਤੁਹਾਨੂੰ ਦੱਸਣਾ ਗੱਲ ਕਹਿੰਦੇ ਨਹੀਂ ਕਿਸੇ ਮਹਾਂਪੁਰਸ਼ ਨੇ ਕਿਹਾ ਸੀ ਜੇ ਕਾਹੂ ਕੋ ਬੁਰਾ ਕਰਾਵਾ ਕਿਸੇ ਮਹਾਂਪੁਰਸ਼ ਨੇ ਕਿਹਾ ਆਪਣੇ ਸੇਵਕ ਨੂੰ ਸਮਝਾਇਆ ਸੀ ਕਿ ਭਾਈ ਜੇ ਕੋਈ ਕਿਸੇ ਦਾ ਬੁਰਾ ਕਰਦਾ ਕਿਸੇ ਦਾ ਕੋਈ ਨੁਕਸਾਨ ਕਰਦਾ ਬੁਰੀ ਸੋਚ ਸਾਹਸਨ ਦੀ ਤਿੰਨ ਤਰ੍ਹਾਂ ਨਾਲ ਬੁਰਾ ਹੁੰਦਾ ਮਨ ਕਰਕੇ ਬਾਣੀ ਕਰਕੇ ਤੇ ਕਰਮ ਕਰਕੇ ਮਨ ਕਰਕੇ ਹੁੰਦਾ ਵੀ ਅਸੀਂ ਸੋਚੀਏ ਵੀ ਦੂਜਾ ਮਰ ਜਾਵੇ ਉਹਦਾ ਨੁਕਸਾਨ ਹੋ ਜਾਵੇ ਉਹਦਾ ਕੋਈ ਕਿਸੇ ਤਰ੍ਹਾਂ ਵੀ ਉਹਦੇ ਬਾਰੇ ਮਾੜਾ ਸੋਚਣਾ
ਇਸ ਨੂੰ ਦਾ ਕੋਈ ਕੰਮ ਵਿਗਾੜ ਦਈਏ ਉਹਦਾ ਕੋਈ ਉਹਦਾ ਨੁਕਸਾਨ ਕਰ ਦਈਏ ਮਨ ਚ ਸੋਚਣਾ ਇਹ ਮਨ ਦਾ ਬੁਰਾ ਹੈ ਦੂਜਾ ਹੈ ਬਾਣੀ ਕਰਕੇ ਮੂੰਹ ਕਰਕੇ ਬੋਲਣਾ ਇਹੋ ਜਿਹੀ ਗਾਲ ਕੱਢ ਦੇਣੀ ਇਹੋ ਜਿਹੀ ਗੱਲ ਕਰਨੀ ਜਿਹਨੂੰ ਅਗਲਾ ਸੁਣ ਕੇ ਸੜੇ ਦੁਖੀ ਹੋਵੇ ਕੋਈ ਬਾਣੀਆਂ ਤਾਨਾ ਮਾਰ ਦੇਣਾ ਕੋਈ ਇਹੋ ਜਿਹੀ ਗੱਲ ਕਰਨੀ ਵੀ ਜਿਹੜਾ ਸਾਰੀ ਉਮਰ ਦੇ ਦਿਲ ਦੇ ਵਿੱਚ ਉਹ ਗੱਲ ਜਿਹੜੀ ਹੈ ਨਸੂਲ ਬਣੀ ਰਹੇ ਇਹ ਬਾਣੀ ਕਰਕੇ ਬੁਰਾ ਕਰਨਾ ਕਹਿੰਦੇ ਤੀਸਰਾ ਹੁੰਦਾ ਕਰਮ ਕਰਕੇ ਬੁਰਾ ਕਰਨਾ ਕੋਈ ਬਰਛਾ ਕੋਈ ਤਲਵਾਰ ਤੇ ਬੰਦੂਕ ਚੁੱਕ ਕੇ ਮਾਰ ਦੇਣੀ ਅਗਲੇ ਨੂੰ ਵੱਢ ਦੇਣਾ ਟੁੱਕ ਦੇਣਾ ਸੱਟ ਮਾਰ ਦੇਣੀ ਇਹ ਤਿੰਨੇ ਤਰ੍ਹਾਂ ਦਾ ਬੁਰਾ ਜਿਹੜਾ ਗੁਰੂ ਦਾ ਸਿੱਖ ਨਹੀਂ ਕਰਦਾ ਕਿਸੇ ਮਹਾਰਾਜ ਕਹਿੰਦੇ ਪਰ ਕਾ ਬੁਰਾ ਨਾ ਰੱਖੋ ਜੀ ਤੁਮਕੋ ਦੁੱਖ ਨਹੀਂ ਪਾਈ ਮੀ ਇਹ ਮੇਰੇ ਬੱਚਿਓ ਜੇ ਤੁਸੀਂ ਕਿਸੇ ਦਾ ਬੁਰਾ ਸੋਚੋਗੇ ਤੁਹਾਡਾ ਬੁਰਾ ਹੋਵੇਗਾ ਜੇ ਤੁਸੀਂ ਕਿਸੇ ਦਾ ਬੁਰਾ ਨਹੀਂ ਸੋਚੋਗੇ ਤੁਹਾਡਾ ਬੁਰਾ ਨਹੀਂ ਹੋ ਸਕਦਾ ਆਖੋ ਸਤਨਾਮ ਸੇਵਾ ਇਹ ਗੁਰੂ ਸਾਹਿਬ ਦਾ ਬਚਨ ਹੈ ਪਰ ਕਾ ਬੁਰਾ ਨਾ ਰੱਖੋ ਜੀ ਤੁਸੀਂ ਪਰਾਇਆਂ ਦਾ ਬੁਰਾ ਨਾ ਸੋਚੋ ਤੁਹਾਡੇ ਨੇੜੇ ਦੁੱਖ ਨਹੀਂ ਆਵੇਗਾ ਨਾ ਬੁਰਾ ਸੋਚੋ ਨਾ ਬੁਰਾ ਆਖੋ ਨਾ ਬੁਰਾ ਕਰੋ ਮਨ ਬਾਣੀ ਕਰਮ ਕਰਕੇ ਭਲਾਈ ਕਰੋ ਕਿਸੇ ਮਹਾਤਮਾ ਨੇ ਗੁਰੂ ਅਰਦਾਸ ਸਾਹਿਬ ਕਹਿੰਦੇ ਕਿਹਾ ਸੀ ਵੀ ਜਿਹੜਾ ਜੇ ਕਾਮੋ ਕੋ ਬੁਰਾ ਕਰਾਵੇ ਜੇ ਕੋਈ ਕਿਸੇ ਦਾ ਬੁਰਾ ਕਰਦਾ ਹੈ ਤੂੰ ਕਿਆ ਕਰਾ ਕਹੋ ਸੁਖਦਾਵਾ ਤੇ ਸਿੱਖ ਨੇ ਪੁੱਛਿਆ ਵੀ ਗੁਰੂ ਜੀ ਫਿਰ ਕੀ ਕਰੀਏ ਜੇ ਕੋਈ ਸਾਡਾ ਬੁਰਾ ਕਰੇ ਕੋਈ ਬੰਦਾ ਸਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕੋਈ ਸਾਡਾ ਕਿਸੇ ਤਰ੍ਹਾਂ ਨਾਲ ਬੁਰਾ ਕਰ ਰਿਹਾ ਮਨ ਕਰਕੇ ਕਰ ਰਿਹਾ ਜਾਂ ਬਾਣੀ ਕਰਕੇ ਕਰ ਰਿਹਾ ਜਾਂ ਕਰਮ ਕਰਕੇ ਕਰ ਰਿਹਾ ਕਿਸੇ ਤਰ੍ਹਾਂ ਵੀ ਸਾਡਾ ਕੋਈ ਬੁਰਾ ਕਰ ਰਿਹਾ ਹਾਂਜੀ ਭਲਾ ਕਰਾ ਜੋ ਬੁਰਾ ਕਰਾਵਾ ਸੰਤ ਕਹਿਣ ਲੱਗੇ ਜਿਹੜਾ ਤੁਹਾਡਾ ਬੁਰਾ ਕਰਦਾ ਤੁਸੀਂ ਉਹਦਾ ਵੀ ਭਲਾ ਕਰੋ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵਚਨ ਹੈ ਬਰੀਦਾ ਬੁਰੇ ਦਾ ਭਲਾ ਕਰਨ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗੇ ਪੱਲਾ ਸਾਹਿਬ ਕਿਸ ਪਾਲ ਬੁਰੇ ਦਾ ਭਲਾ ਕਰ ਗੁੱਸਾ ਨਾ ਕਰ ਫਾਇਦਾ ਕੀ ਹੋਵੇਗਾ ਤੇਰੇ ਦੇਹ ਨੂੰ ਕੋਈ ਰੋਗ ਨਹੀਂ ਲੱਗੇਗਾ ਤੈਨੂੰ ਸਭ ਕੁਛ ਮਿਲੇਗਾ ਵਾਹਿਗੁਰੂ ਤਾਂ ਦੇਖ ਰਿਹਾ ਨਾ ਜਿਹੜਾ ਬੰਦਾ ਬੁਰਾ ਕਰ ਰਿਹਾ ਉਹ ਆਪ ਰੱਬ ਬਣੀ ਬੈਠਾ ਉਹਨੂੰ ਰੱਬ ਦਿਸਦਾ ਨਹੀਂ ਬੁਰਾ ਕਰਨ ਵਾਲੇ ਨੂੰ ਜੇ ਰੱਬ ਦਿਸਦੇ ਬੁਰਾ ਕਰੇ ਨਾ ਆਖੋ ਸ੍ਰੀ ਵਾਹਿਗੁਰੂ ਜਦੋਂ ਕੋਈ ਬੁਰਾਈ ਦੇ ਉੱਤਰਿਆ ਹੁੰਦਾ ਉਹ ਆਪ ਹੀ ਕਰਤਾ ਪੁਰਖ ਬਣਿਆ ਹੁੰਦਾ ਤੇ ਜਿਹੜਾ ਕਰਤਾ ਬਣੇਗਾ ਸਾਹਿਬ ਕਹਿੰਦੇ ਜਾਵੇ ਜਾਣਾ ਮੈਂ ਕਿਸ ਕਰਤਾ ਤਬ ਲੱਗ ਗਰਭ ਜੋ ਮੈਂ ਦੁਖੀ ਹੋਣਾ ਹੀ ਹੋਣਾ ਤੇ ਜਿਹੜਾ ਭਲਾਈ ਦੇ ਰਾਹ ਤੇ ਤੁਰ ਰਿਹਾ ਉਹ ਰੱਬ ਦਾ ਦੇਖ ਲਿਆ ਵੀ ਪਰਮੇਸ਼ਰ ਕਰਤੇ ਪੁਰਖ ਨੇ ਜੋ ਕਰਨਾ ਹੈ ਉਹ ਹੋਣਾ ਹੈ ਪਰਮੇਸ਼ਰ ਆਪੇ ਹੀ ਜੋ ਕਰ ਰਿਹਾ ਠੀਕ ਹੈ ਬਸ ਇੱਥੇ ਬਿਰਤੀ ਰੱਖ ਰਹੇ ਕਿਸੇ ਨੂੰ ਚੰਗਾ ਮਾੜਾ ਵੀ ਨਹੀਂ ਕਹਿਣਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪੱਤੀ ਤਵੀ ਤੇ ਬਹਿ ਕੇ ਵੀ ਇਹ ਨਹੀਂ ਕਹਿ ਰਹੇ ਵੀ ਚੰਦੂ ਕਰ ਰਹੇ ਉਹ ਕਹਿੰਦੇ ਹੁਕਮ ਕਰ ਉਸਦਾ ਹੋ ਰਿਹਾ ਤੇਰਾ ਕੀ ਆ ਮੀਠਾ ਲੱਗ ਚੰਦੂ ਨਾਲ ਉਹਦੀ ਬੁਰਾਈ ਦਾ ਉਹਨੂੰ ਫਲ ਮਿਲ ਗਿਆ ਆਖੋ ਸਤਨਾਮ ਸ੍ਰੀ ਗੁਰੂ ਤੇ ਮਹਾਂਪੁਰਸ਼ ਕਹਿਣ ਲੱਗੇ ਵੀ ਭਾਈ ਜੇ ਕਾਮੂ ਕੋ ਬੁਰਾ ਕਰਾਵਾ ਹੈ ਤਾਂ ਉਹ ਕਿਆ ਕਰਾ ਕਹਾਂ ਸਕਦਾ ਵਾ ਕਹਿੰਦਾ ਭਲਾ ਕਰਾ ਜੋ ਬੁਰਾ ਕਰਾਵਾ ਜਿਹੜਾ ਕੋਈ ਬੁਰਾ ਕਰਦਾ ਉਹਦਾ ਵੀ ਭਲਾ ਕਰੋ ਹਾਂਜੀ ਬਦਲਾ ਲੈਣ ਤੇ ਹਟ ਜਾਣਾ ਬਦਲਾ ਲੈਣ ਤੋਂ ਹਟ ਜਾਓ ਬਦਲਾ ਲੈਣ ਦੀ ਕੋਸ਼ਿਸ਼ ਨਾ ਕਰੋ ਬਦਲਾ ਲੈਣਾ ਜੇ ਕੋਈ ਬਦਲਾ ਲੈਣ ਤੋਂ ਹਟ ਜਾਵੇ ਪਰਮੇਸ਼ਰ ਆਪੇ ਬਦਲਾ ਲੈ ਲੈਂਦਾ ਉਹ ਕਹਿੰਦੇ ਵੀ ਜਦੋਂ ਕੋਈ ਮਹਾਂਪੁਰਸ਼ ਬਚਨ ਸੁਣਾਇਆ ਕਰਦੇ ਸੀ ਵੀ ਕੋਈ ਇਹੋ ਜਿਹਾ ਸਮਾਂ ਬਣਿਆ ਕਿ ਕਿਸੇ ਦੇ ਮੈਂ ਅਨੁਰੋਧ ਹੋ ਗਿਆ ਝਗੜਾ ਹੋ ਗਿਆ ਤੇ ਪਰਮੇਸ਼ਰ ਆਪ ਬਦਲਾ ਲੈਣ ਲਈ ਤੁਰ ਪਿਆ ਆਪ ਤੁਰ ਪਿਆ ਤੇ ਉਹਨੇ ਨੂੰ ਉਹ ਬੰਦੇ ਦੇ ਮਨ ਤੇ ਗੁੱਸਾ ਆ ਗਿਆ ਉਹਨੇ ਤੇ ਇੱਕ ਚੁੱਕ ਲਈ ਕਹਿੰਦਾ ਪਰਮੇਸ਼ਰ ਪਿੱਛੇ ਹੋ ਗਏ ਉਹ ਕਹਿ ਕੇ ਮਹਾਰਾਜ ਤੁਸੀਂ ਏਦਾਂ ਕਿਉਂ ਕੀਤਾ ਕਹਿੰਦੇ ਜੇ ਜਦੋਂ ਤੂੰ ਚੁੱਕ ਲਈ ਫਿਰ ਮੈਂ ਕਿਹਾ ਮੈਨੂੰ ਤੇ ਲੋੜ ਹੈ ਆਪੇ ਨਿਬੜ ਦੇਵੇ ਕਹਿੰਦੇ ਇਹ ਕਰਤਾ ਪੁਰਖ ਤੇ ਛੱਡ ਦੇਈਏ ਜੋ ਆਪੇ ਬਦਲੇ ਲੈਣ ਕਹਿੰਦੇ ਉਹਦੇ ਬਦਲੇ ਲੈਣ ਦੀ ਕੋਸ਼ਿਸ਼ ਨਾ ਕਰੇ ਬੁਰੇ ਦਾ ਵੀ ਭਲਾ ਕਰੇ ਹਾਂਜੀ ਫਿਰ ਕਰਾਂ ਤਾਂ ਕਰਹਾ ਕਰਹਾ ਜੇ ਉਹ ਫੇਰ ਬੁਰਾ ਕਰੇ ਫਿਰ ਵੀ ਭਲਾਈ ਕਰੇ ਫਿਰ ਵੀ ਭਲਾਈ ਕਰੇ ਬੁਰੇ ਦਾ ਭਲਾ ਕਰੀ ਜਾਵੇ ਆਪਣਾ ਭਲਾਈ ਦਾ ਰਸਤਾ ਨਾ ਛੱਡੇ ਬਾਬਾ ਸਾਹਿਬ ਸਿੰਘ ਜੀ ਬੇਦੀ ਮਹਾਂਪੁਰਸ਼ ਕਹਿੰਦੇ ਇੱਕ ਵਾਰੀ ਸਮਾਂ ਸੀ ਮੁਗਲਾਂ ਦਾ ਕਿ ਉਹ ਪਿੱਛੇ ਉਹਨਾਂ ਦੇ ਤੁਰਕਾਂ ਦੀ ਫੌਜ ਲੱਗੀ ਹੋਈ ਸੀ ਲੱਗੇ ਹੋਏ ਸੀ ਉਹ ਜੰਗਲ ਵਿੱਚ
ਕਿਤੇ ਗੁਪਤ ਸਮਾਨ ਸਮਾਜ ਦੇ ਹੋਏ ਅਸੀਂ 14ਵੀਂ ਸਦੀ ਦਾ ਸੀ ਨਾ ਉਦੋਂ ਸਿੰਘ ਜਿਹੜੇ ਸੀ ਉਹ ਜੰਗਲਾਂ ਵਿੱਚ ਰਹਿੰਦੇ ਸੀ ਬਾਬਾ ਜੀ ਵੀ ਇਹੋ ਜਿਹੀ ਵਿਪਤਾ ਕਰਨੀ ਕਿਤੇ ਨਦੀ ਦੇ ਕੰਢੇ ਤੇ ਬੈਠੇ ਤੇ ਪਿੱਛੇ ਤੁਰਕਾਰੀ ਫੌਜ ਦੇ ਦੋ ਸਿਪਾਹੀ ਵੀ ਖੜੇ ਦੇਖ ਰਹੇ ਵਾਪਸ ਕਹਿੰਦੇ ਵੀ ਉਧਰੋਂ ਭਿਕਸ਼ੂ ਪਾਣੀ ਨੀ ਡਿੱਗਾ ਆਇਆ ਤੇ ਆਪਣੇ ਹੱਥ ਨਾਲ ਇੱਦਾਂ ਕੱਢਦੇ ਤੇ ਉਹ ਡੰਗ ਮਾਰਦਾ ਉਹ ਫਿਰ ਪਾਣੀ ਡਿੱਗ ਪੈਂਦਾ ਉਹ ਫਿਰ ਕੱਢਦੇ ਉਹ ਫਿਰ ਡੰਗ ਮਾਰਦਾ ਉਹ ਸਿਪਾਹੀ ਕਹਿੰਦੇ ਬਾਬਾ ਜੀ ਮੈਂ ਤੁਹਾਨੂੰ ਬਾਰ ਬਾਰ ਡੰਗ ਮਾਰਦਾ ਤੁਸੀਂ ਇਹਨੂੰ ਫਿਰ ਬਚਾਉਂਦੇ ਬਾਬਾ ਜੀ ਕਹਿਣ ਲੱਗੇ ਇਹਦਾ ਕੰਮ ਡੰਗ ਮਾਰਨਾ ਇਹ ਆਪਣਾ ਸੁਭਾਅ ਨੀ ਛੱਡਦਾ ਅਸੀਂ ਆਪਣਾ ਸੁਭਾਅ ਕਿਵੇਂ ਛੱਡਦੇ ਸਾਨੂੰ ਪਰਉਪਕਾਰੀ ਹੁੰਦੇ ਆ ਤੇ ਪਰਉਪਕਾਰੀ ਜੰਗ ਵਿੱਚ ਆਏ ਤਾਂ ਮਹਾਂਪੁਰਸ਼ਾਂ ਨੇ ਆਪਣਾ ਸੁਭਾਅ ਨੀ ਛੱਡਣਾ ਭਾਵੇਂ ਦੁਨੀਆਂ ਕਬੀਰ ਸੰਤ ਨਾ ਛੱਡਦਾ ਸੰਤ ਆਈ ਜੋ ਕੋਟ ਨੂੰ ਮਿਲਿਆ ਸੰਤ ਆਖੋ ਸਤਨਾਮ ਸਿੰਘ ਸੰਤ ਨਾ ਛੱਡਦਾ ਸੰਤ ਆਈ ਕਬੀਰ ਸੰਤ ਬੱਚਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਲੋਕਾਂ ਚ ਸੰਤ ਆਪਣਾ ਸੰਤ ਪਣਾ ਨਹੀਂ ਛੱਡਦਾ ਭਾਵੇਂ ਕਰੋੜਾਂ ਅਸੰਤ ਮਿਲ ਜਾਣ ਕਰੋੜਾਂ ਪਾਪੀ ਮਿਲ ਜਾਣ ਦੁੱਖ ਦੇਣ ਵਾਲੇ ਬੋਲਿਆ ਫਿਰ ਭੈਣ ਨੂੰ ਮਿਲਿਓ ਤਾਂ ਸੀਤਲਤਾ ਨਾ ਦਿਆ ਚੰਦਰ ਨੂੰ 100 ਸੱਪ ਆ ਕੇ ਚਿੰਬੜੇ ਹੋਣ ਉਹ ਡੰਗ ਵੀ ਮਾਰੀ ਜਾਣ ਚੰਦਰ ਨੂੰ ਚੰਦਰ ਫਿਰ ਵੀ ਉਹਨਾਂ ਨੂੰ ਠੰਡਕ ਹੀ ਦਿੰਦਾ ਹੈ ਐਸੇ ਸੰਤ ਮਹਾਂਪੁਰਸ਼ ਹੁੰਦੇ ਹਨ ਗੁਰੂ ਅਮਰਦਾਸ ਜੀ ਕਹਿੰਦੇ ਭਲਿਆਈ ਬਹੁਤ ਦੁੱਖ ਭਰਿਆ ਕਹਿੰਦੇ ਜਿਹੜਾ ਬੰਦਾ ਭਲਿਆਈ ਕਰਦਾ ਭਲਿਆਈ ਕਰਦਿਆਂ ਵੀ ਭਾਵੇਂ ਦੁੱਖ ਸਹਿੰਦਾ ਹੈ ਪਰਮੇਸ਼ਵਰ ਦੇ ਦੁੱਖ ਵਿਵਹਾਰ ਦਿੰਦਾ ਹੈ ਪਰਮੇਸ਼ਵਰ ਦੇਖਦਾ ਉਹਦੇ ਦੁੱਖਾਂ ਨੂੰ ਕੱਟਣ ਵਾਸਤੇ ਪਰਮੇਸ਼ਵਰ ਦੇ ਅੰਗ ਸੰਗ ਹੋ ਜਾਂਦਾ ਹੈ ਜਿਹੜਾ ਉਹਨਾਂ ਭਲਿਆਂ ਨਾਲ ਬੁਰਿਆਈ ਕਰਦਾ ਪਰਮੇਸ਼ਵਰ ਉਹਨਾਂ ਨੂੰ ਆਪੇ ਸਾਂਭ ਲੈਂਦਾ ਉਹ ਫਿਰ ਬੁਰਿਆਈ ਕਰਨ ਜੋਗੇ ਰਹਿੰਦੇ ਹੀ ਨਹੀਂ ਖਤਮ ਹੋ ਜਾਂਦੇ ਉਹਨਾਂ ਦੀ ਜੜ ਹੀ ਟੁੱਟੀ ਜਾਂਦੀ ਹੈ ਕਰਤਾ ਪੁਰਖ ਆ ਕੇ ਉਹਨਾਂ ਨੂੰ ਸਾਂਭ ਲੈਂਦਾ ਆਪੇ ਹੀ ਮਰ ਜਾਣਾ ਸੋ ਉਹ ਆਪੇ ਹੀ ਮਾਰੇ ਜਾਂਦੇ ਹਨ ਜੋ ਧਰਮੀ ਸੰਤਾਂ ਨਾਲ ਮਹਾਂਪੁਰਸ਼ਾਂ ਨਾਲ ਵੈਰ ਕਰਦੇ ਹਨ ਫਿਰ ਕਰਤੇ ਪੁਰਖ ਵੱਲੋਂ ਉਹਨਾਂ ਨੂੰ ਮਾਰ ਪੈਂਦੀ ਹੈ ਉਹਨਾਂ ਦੀ ਜੜ ਟੁੱਟੀ ਜਾਂਦੀ ਹੈ ਉਹਨਾਂ ਦਾ ਨਾਮੋ ਨਿਸ਼ਾਨ ਮਿਟ ਜਾਂਦਾ ਹੈ ਜੈਸੀ ਕਰੈ ਸੋ ਤੈਸੀ ਪਾਵੈ ਸਤਿਗੁਰ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੋ ਜੀ ਕੋਈ ਕਰਨੀ ਕਰਦਾ ਉਹੋ ਜਿਹਾ ਨੂੰ ਫਲ ਮਿਲਦਾ ਆਪੇ ਬੀਜ ਆਪੇ ਹੀ ਖਾਓ ਹਾਂਜੀ ਗੁਰ ਸਥਾਨ ਨੀਵੋ ਬਿਰਧਾਵੈ ਹਾਂ ਗੁਰੂ ਘਰ ਦੇ ਵਿੱਚ ਦੀਵਾ ਜਿਹੜਾ ਹੋ ਕੇ ਚੱਲੇਗਾ ਨਿਮਰਤਾ ਰੱਖੇਗਾ ਉਹਦਾ ਵਾਧਾ ਹੋਵੇਗਾ ਉਹਦੀ ਜੈ ਜੈਕਾਰ ਹੋਵੇਗੀ ਉਹ ਜਿੱਤੇਗਾ ਜਿਹੜਾ ਉੱਚਾ ਬਣੇਗਾ ਤਗੜਾ ਬਣੇਗਾ ਜੋਰਾਵਰੀ ਕਰੇਗਾ ਉਹ ਹਾਰੇਗਾ ਹਾਂਜੀ ਸ੍ਰੀ ਪਰਮੇਸ਼ਰ ਹੈ ਸਮਰੱਥ ਵਾਹਿ ਕਹਿਣ ਲੱਗੇ ਸਿੱਖੋ ਅਕਾਲ ਪੁਰਖ ਵਾਹਿਗੁਰੂ ਸਰਵ ਕਰਾ ਸਮਰੱਥ ਉਹ ਪਰਮੇਸ਼ਰ ਨੇ ਸਭ ਕੁਛ ਜੋ ਚਾਹੇ ਉਹ ਕਰ ਸਕਦਾ ਇਸ ਕਰਕੇ ਸੰਤਨ ਕੋ ਰਾਖਤ ਦਾ ਹੱਥ ਉਹ ਆਪਣੇ ਭਗਤਾਂ ਨੂੰ ਸੰਤਾਂ ਨੂੰ ਹੱਥ ਦੇ ਕੇ ਰੱਖਦਾ ਹੈ ਜਿਵੇਂ ਐਸੇ ਭੈਰੋ ਗਿਆਨ ਦਾ ਮਹਾਰਾਜ ਕਹਿੰਦੇ ਜਿਹਨਾਂ ਗੁਰਸਿੱਖਾਂ ਨੂੰ ਇਹੋ ਜਿਹਾ ਗਿਆਨ ਹੋ ਗਿਆ ਵੀ ਕਰਤੇ ਪੁਰਖ ਦੇ ਹੱਥ ਸਾਰੀ ਖੇਡ ਵਾਹਿਗੁਰੂ ਦੇ ਡੋਲਿਆਂ ਸੁੱਟ ਦਿੰਦੇ ਜੋ ਪਰਮੇਸ਼ਰ ਕਰੇਗਾ ਭਲੇ ਕਰੇਗਾ ਹਾਂਜੀ ਸੇਵਾ ਗੁਰੂ ਭਾਵ ਧਰਨਾਨਾ ਉਹ ਨਾਨਾ ਪ੍ਰਕਾਰ ਨਾਲ ਭਾਵਨਾ ਰੱਖ ਕੇ ਗੁਰੂ ਦੀ ਸੇਵਾ ਕਰਦੇ ਹੈ ਨਗਰਾਂ ਦੀ ਸੇਵਾ ਗੁਰੂ ਘਰ ਦੀ ਸੇਵਾ ਜਿੰਨਾਂ ਦੀ ਸੇਵਾ ਮੇਲੇ ਭੱਜ ਭੱਜ ਕੇ ਕਰਦੇ ਹੈ ਫਿਰ ਸਰਬੱਤ ਦਾ ਭਲਾ ਕਰਦੇ ਹੈ ਉਹ ਕਿਸੇ ਨੂੰ ਆਪਣਾ ਬੈਰੀ ਆਪਣਾ ਦੁਸ਼ਮਣ ਨਹੀਂ ਸਮਝਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਕਹੀ ਸੰਤੋਖ ਸਿੰਘ ਇਹ ਕਥਾ ਇਹ ਕਥਾ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਪ੍ਰਤਾਪ ਸੂਰ ਗ੍ਰੰਥ ਵਿੱਚ ਕਹੀ ਹੈ ਜਿਨ੍ਹਾਂ ਸੁਣੀ ਤਿੰਨ ਕਾਲ ਨਾ ਮੱਥਾ ਜਿਨ੍ਹਾਂ ਨੇ ਕਥਾ ਸੁਣ ਲਈ ਜਿਨ੍ਹਾਂ ਨੇ ਕਥਾ ਸਮਝ ਲਈ ਉਹਨਾਂ ਨੂੰ ਕਵੀ ਕਾਲ ਮਥਨ ਨਹੀਂ ਕਰੇਗਾ ਕਲਜ ਉਹਨਾਂ ਤੇ ਪ੍ਰਭਾਵ ਨਹੀਂ ਪਾਏਗਾ ਉਹ ਗੁਰੂ ਦੇ ਮਾਰਗ ਤੇ ਚੱਲਣਗੇ ਕਿਸੇ ਦਾ ਬੁਰਾ ਨਹੀਂ ਕਰਨਗੇ ਜੇ ਅਸੀਂ ਗੁਰੂ ਦੇ ਸੇਵਕਾਂ ਸਾਹ ਸੰਗਤ ਦੀ ਅੱਜ ਆਪਾਂ ਮਹਾਰਾਜ ਦੇ ਚਰਨਾਂ ਦੀ ਅਰਦਾਸ ਕਰੀਏ ਵੀ ਸੱਚੇ ਪਾਤਸ਼ਾਹ ਸਾਨੂੰ ਇਹੋ ਜਿਹੀ ਮਤ ਦਿਓ ਸਾਡੇ ਮਨ ਕਰਕੇ ਕਿਸੇ ਦਾ ਬੁਰਾ ਨਾ ਹੋਵੇ ਸਾਡੀ ਬਾਣੀ ਕਰਕੇ ਕਿਸੇ ਦਾ ਬੁਰਾ ਨਾ ਹੋਵੇ ਸਾਡੇ ਕਰਮ ਕਰਕੇ ਕਿਸੇ ਦਾ ਬੁਰਾ ਨਾ ਹੋਵੇ ਅਸੀਂ ਜੇ ਕਿਸੇ ਦਾ ਭਲਾ ਕਰ ਸਕੀਏ ਤੇ ਕਰੀਏ ਕਿਸੇ ਦਾ ਬੁਰਾ ਨਾ ਕਰੀਏ ਇਹ ਆਪਾਂ ਆਪਣੇ ਜੀਵਨ ਵਿੱਚ ਜੇ ਸੋਚਾਂਗੇ ਤਾਂ ਸਾਡੇ ਹਰ ਮੈਦਾਨ ਫਤਿਹ ਹੋਵੇ ਜਿੱਤ ਹੋਵੇ ਜੇ ਇਸ ਤੋਂ ਉਲਟਾ ਚੱਲਾਂਗੇ ਤੇ ਫਿਰ ਸੇਖਾਂ ਦੀ ਤਰ੍ਹਾਂ
ਜਿਵੇਂ ਸਿੱਖਾਂ ਦਾ ਘਰ ਆਟ ਬਾਲ ਬੱਚਾ ਪਰਿਵਾਰ ਸਭ ਪੀੜਿਆ ਗਿਆ, ਕੁਛ ਵੀ ਨੀ ਬਚਿਆ, ਘਰ ਬਾਰ ਪੁੱਟ ਗਏ, ਬੱਚਿਆਂ ਸਮੇਤ ਫਾਸੀ ਨਦੀ ਕਈਆਂ ਨੂੰ, ਉੱਥੋਂ ਵੀ ਘਰ ਲੋਕ ਵੀ ਗਿਆ ਤੇ ਪਰਲੋਕ ਵੀ ਗਿਆ, ਤੇ ਲੋਕ ਗਏ ਹੋ ਪਰਲੋਕ ਵੀ ਆਇਓ, ਲੋਕ ਵਿੱਚ ਵੀ ਅਪਜਸ ਅੱਜ ਤੱਕ ਹੋ ਰਿਹਾ ਅੱਗੇ ਵੀ ਹੁੰਦਾ ਇਹਨਾਂ ਨੂੰ, ਪਰ ਲੋਕ ਵਿੱਚ ਵੀ ਦਰਖਾਂ ਦੇ ਗੋਤੇ ਖਾਂਦੇ, ਗੁਰੂ ਘਰ ਨਾਲ ਮੱਥਾ ਨਹੀਂ ਲਾਉਣਾ ਚਾਹੀਦਾ, ਗੁਰੂ ਅੱਗੇ ਚੁੱਪ ਕੇ ਰਹੋ, ਗੁਰੂ ਦੀ ਸੰਗਤ ਵਿੱਚ ਗੁਰੂ ਦਾ ਰੂਪ ਸਮਝੋ, ਗੁਰੂ ਦੇ ਸਿੱਖਾਂ ਦਾ ਸਤਿਕਾਰ ਕਰੋ, ਇਹੀ ਮਹਾਰਾਜ ਸਾਹਿਬ ਜੀ ਦੇ ਇਸ ਪ੍ਰਸੰਗ ਦੀ ਅੱਜ ਸਾਨੂੰ ਸਿੱਖਿਆ ਮਿਲਦੀ ਹੈ। ਸੋ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਸਤਸੰਗ ਦੀ, ਆਓ ਸਮਾਪਤੀ ਦਾ ਮੰਗਲ ਕਰੀਏ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣ ਨਾਥ ਨਾਥ ਸਕੇ ਦੀਨ ਦਰਦ ਨਿਵਾਰ, ਹੇ ਸਮਰਾਤਿ ਅਗਮ ਪੂਰਨ ਮੋਹਿ ਮਾਇਆ ਤਾਰ, ਅੰਨ ਤੂੰ ਮਹਾਂ ਪ੍ਰਿਆਨ ਨਾਲ ਆਏ ਤੋ ਸੁਨਾਮ ਕੀ ਕਿਰਪਾ ਨੇ, ਦੇਖ ਅੱਖਰ ਹਰ ਮਨ ਬਸ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਿਹਾਜ ਹੈ ਜੋ ਸਦਾ ਪਰਸੇ ਹੁੰਦੇ ਗੁਰੂ ਪਾਏ ਉਤਾਰਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।